ਪਰੋਗਰੈਸਿਵ ਸਿੱਖ ਫਾਊਂਡੇਸ਼ਨ ਗੁਰਮਤ ਪ੍ਰਚਾਰ ਤੇ ਸਿੱਖਿਆ ਦੇ ਪ੍ਰਸਾਰ ਲਈ ਅਹਿਮ ਯੋਗਦਾਨ ਪਾ ਰਹੀ ਹੈ। ਪ੍ਰੋਗਰੈਸਿਵ ਸਿੱਖ ਅਕੈਡਮੀ ਦੇ ذریعے ਨਰਸਰੀ ਤੇ ਕੇਜੀ ਦੇ ਬੱਚਿਆਂ ਨੂੰ ਵਿਗਿਆਨਿਕ ਤਰੀਕੇ ਦੇ ਨਾਲ ਸਿੱਖਿਆ ਪ੍ਰਦਾਨ ਕਰਾਈ ਜਾਂਦੀ ਹੈ। ਗੁਰਮਤ ਪ੍ਰਚਾਰ ਗੁਰਬਾਣੀ ਦੀ ਸੰਥਿਆ, ਗਤਕਾ, ਗੁਰਬਾਣੀ ਕੀਰਤਨ ਵੀ ਬੱਚਿਆਂ ਨੂੰ ਸਿਖਾਇਆ ਜਾਂਦਾ ਹੈ। ਪ੍ਰੋਗਰੈਸਿਵ ਸਿੱਖ ਅਕੈਡਮੀ ਬਸਰਾ ਫਾਰਮ, ਚੰਡੀਗੜ੍ਹ ਲੁਧਿਆਣਾ ਮਾਰਕ ਤੇ ਪਿੰਡ ਰਾਮਪੂਰ ਮਹਿਰਾਬ ਦੇ ਵਿੱਚ ਸਥਿਤ ਹੈ। ਸਤਲੁਜ ਟੀਵੀ ਦੇ ਵੱਲੋਂ ਅਕੈਡਮੀ ਦੇ ਪ੍ਰਿੰਸੀਪਲ ਕੁਲਵਿੰਦਰ ਸਿੰਘ ਬਸਰਾ ਦੇ ਨਾਲ ਖਾਸ ਗੱਲਬਾਤ ਕੀਤੀ ਗਈ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਤਲੁਜ ਚੈਨਲ ਵੇਖ ਰਹੇ ਹੋ ਤੁਸੀਂ ਮੈਂ ਹਾਂ ਕਮਲਜੀਤ ਗੌਰ ਪ੍ਰੋਗਰੈਸਿਵ ਸਿੱਖ ਫਾਊਂਡੇਸ਼ਨ ਗੁਰਮਤਿ ਸਿੱਖਿਆ ਦੇ ਖੇਤਰ ਵਿੱਚ ਪਿਛਲੇ ਕਈ ਸਾਲਾਂ ਤੋਂ ਅਹਿਮ ਯੋਗਦਾਨ ਪਾ ਰਹੀ ਹੈ ਇਸ ਸੰਸਥਾ ਨੂੰ ਚਲਾਉਣ ਵਾਲੇ ਕੁਲਵਿੰਦਰ ਸਿੰਘ ਬਸਰਾ ਸਾਡੇ ਨਾਲ ਨੇ ਉਹਨਾਂ ਦੇ ਨਾਲ ਅਸੀਂ ਗੱਲਬਾਤ ਕਰਾਂਗੇ ਕਿ ਕਿਸ ਤਰੀਕੇ ਦੇ ਨਾਲ ਇਹ ਸੰਸਥਾ ਸਿੱਖੀ ਦੇ ਪ੍ਰਚਾਰ ਤੇ ਸਿੱਖਿਆ ਦੇ ਖੇਤਰ ਦੇ ਨਾਲ ਜੁੜੀ ਤੇ ਕਿਵੇਂ ਅਹਿਮ ਭੂਮਿਕਾ ਨਿਭਾ ਰਹੀ ਹੈ ਬਹੁਤ ਬਹੁਤ ਸਵਾਗਤ ਹੈ ਸਰ ਸਾਡੇ ਨਾਲ ਜੁੜਨ ਲਈ ਵਾਹਿਗੁਰੂ ਜੀ ਕਾ ਖਾਲਸਾ ਵਾਗੀ ਫਤਿਹ ਬਹੁਤ ਬਹੁਤ ਧੰਨਵਾਦ ਤੁਸੀਂ ਇੱਥੇ ਆਏ ਤੇ ਸਾਡੀ ਸੰਸਥਾ ਨੂੰ ਦੇਖਿਆ ਤੇ ਪਿਛਲੇ 7-7-8 ਸਾਲ ਤੋਂ ਅਸੀਂ ਇਸ ਸੰਸਥਾ ਦਾ ਸ਼ੁਰੂ ਕੀਤਾ ਸੀਗਾ ਉਸ ਟਾਈਮ ਤੇ ਵਿੱਚ ਆਇਆ ਸੀ ਕਿ ਸਾਡੀ ਐਜੂਕੇਸ਼ਨ ਦਾ ਹੀ ਮੇਨ ਮਕਸਦ ਸੀਗਾ ਐਜੂਕੇਸ਼ਨ ਦੇ ਵਿੱਚ ਉਸ ਟਾਈਮ ਤੇ ਅਸੀਂ ਬੱਚਿਆਂ ਨੂੰ ਦੂਜੇ ਸਕੂਲਾਂ ਵਿੱਚ ਭੇਜਦੇ ਸੀ ਜਿਹੜੇ ਜਿਹੜੇ ਇੰਟੈਲੀਜੈਂਟ ਬੱਚੇ ਸੀਗੇ ਉਹਨਾਂ ਨੂੰ ਪ੍ਰਮੋਟ ਕਰਕੇ ਇਥੋਂ ਬੱਚਿਆਂ ਦੀ ਕੋਈ ਫਾਈਨੈਂਸ਼ੀਅਲ ਹੈਲਪ ਕਰਕੇ ਅਸੀਂ ਉਹਨਾਂ ਨੂੰ ਭੇਜਦੇ ਸੀਗੇ ਤੇ ਉਹਨਾਂ ਦੀ ਅਸੀਂ ਹੈਲਪ ਕਰਕੇ ਤੇ ਬਹੁਤ ਸਾਰੇ ਬੱਚੇ ਸਕਸੈਸਫੁਲ ਵੀ ਹੋਏ ਹਮ ਜਿਹੜੇ 2018 ਜਾਂ 2019 ਦੇ ਵਿੱਚ ਜਿਹੜੇ ਬੱਚਿਆਂ ਨੇ ਪਲੱਸ 2 ਕੀਤੀ ਇੱਕ ਬੱਚਾ ਤੇ ਡਿਸਟ੍ਰਿਕਟ ਵਿੱਚੋਂ 3rd ਆਇਆ ਹਮ ਐਂਡ ਇੱਕ ਬੇਟੀ ਨੇ ਫਿਰ ਕਾਮਰਸ ਵਿੱਚ ਚਲੀ ਗਈ ਤੇ ਕਾਫੀ ਕੁਝ ਸਕਸੈਸ ਹੋਇਆ ਹਮ ਐਂਡ ਉਸ ਦੇ ਵਿੱਚ ਦੌਰਾਨ ਦੇ ਵਿੱਚ ਅਸੀਂ ਕੈਂਪ ਵੀ ਲਗਾਉਂਦੇ ਸੀਗੇ ਹਮ ਸਮਰ ਕੈਂਪ ਲੱਗਦਾ ਸੀ ਇੱਕ ਹਫ਼ਤੇ ਦੇ ਉਹਦੇ ਵਿੱਚ ਅਸੀਂ ਬੱਚਿਆਂ ਨੂੰ ਗੁਰਮਤ ਤੇ ਗੁਰਬਾਣੀ ਬਾਰੇ ਹਿਸਟਰੀ ਬਾਰੇ ਤੇ ਗੱਤਕਾ ਬਾਰੇ ਅਸੀਂ ਹਫ਼ਤੇ ਪਰ ਆਪਣੇ ਕੋਲ ਰੱਖ ਕੇ ਦੱਸਦੇ ਸੀ ਉਹਦਾ ਵੀ ਫਰਕ ਪੈਂਦਾ ਸੀ ਕਾਫੀ ਬਟ ਕੋਰੋਨਾ ਆਣ ਦੇ ਕਾਰਨ ਫਿਰ ਸੰਪੰਨ ਬੰਦ ਕਰਨਾ ਪਿਆ ਤੇ ਉਸ ਦੇ ਵਿੱਚ ਇਹ ਦੇਖਿਆ ਜਿਹੜੇ ਬੱਚੇ ਕੋਰੋਨਾ ਦੇ ਟਾਈਮ ਦੇ ਉੱਤੇ ਸਕੂਲ ਨਹੀਂ ਗਏ ਲਾਕਡਾਊਨ ਚ ਘਰ ਰਹੇ ਉਹਨਾਂ ਦਾ ਆਲਮੋਸਟ ਇੱਕ ਖਤਮ ਹੀ ਹੋ ਗਿਆ ਕਿਉਂਕਿ ਜੋ ਆਨਲਾਈਨ ਪੜਾਉਂਦੇ ਸੀ ਸਕੂਲ ਵਾਲੇ ਉਹਨਾਂ ਦਾ ਠੀਕ ਤਰ੍ਹਾਂ ਨਹੀਂ ਪੜਾਇਆ ਗਿਆ ਸਗੋਂ ਜਿਹੜਾ WhatsApp ਦੇ ਉੱਤੇ ਜਿਹੜਾ ਗਰੁੱਪ ਬਣਿਆ ਉਹ ਬੱਚੇ ਸਗੋਂ ਡਿਵਰਟ ਹੋ ਗਏ ਹੋਰ ਪਾਸੇ ਚਲੇ ਗਏ ਸਪਾਸ ਸਿੱਖਿਆ ਵਾਲੇ ਵੱਲ ਨਹੀਂ ਗਏ ਫਿਰ ਅਸੀਂ ਡਿਸਾਈਡ ਕੀਤਾ ਕਿ ਅਸੀਂ ਆਪਣੀ ਹੀ ਇੱਕ ਅਕੈਡਮੀ ਖੋਲੀਏ ਜੋ ਪਿਛਲੇ 2 ਸਾਲ ਤੋਂ ਅਸੀਂ ਪ੍ਰੋਗਰੈਸਿਵ ਸਿੱਖ ਅਕੈਡਮੀ ਦਾ ਸ਼ੁਰੂ ਕੀਤਾ ਜਿੱਥੇ ਤੁਸੀਂ ਖੜੇ ਹੋ ਕਲਾਸਰੂਮ ਹੈ ਇਹ ਸਾਡਾ ਪਹਿਲੀ ਨਰਸਰੀ ਦਾ ਕਲਾਸਰੂਮ ਹੈ ਇਹਦੇ ਵਿੱਚ ਅਸੀਂ ਬੱਚਿਆਂ ਨੂੰ ਮੁੱਢ ਤੋਂ ਹੀ ਦੱਸਣਾ ਚਾਹੁੰਦੇ ਆ ਕਿ ਪੰਜਾਬੀ ਕੀ ਚੀਜ਼ ਆ ਪੰਜਾਬੀ ਭਾਸ਼ਾ ਕਿਸ ਤੋਂ ਆਈ ਪੰਜਾਬੀ ਭਾਸ਼ਾ ਬੋਲਣੀ ਕਿਸ ਤਰ੍ਹਾਂ ਹੈ ਇਹਦੇ ਵਿੱਚ ਅਸੀਂ ਗੁਰਬਾਣੀ ਕਿਸ ਤਰ੍ਹਾਂ ਪੜ੍ਹਨੀ ਹੈ ਇਹਦੇ ਵਿੱਚ ਅਸੀਂ ਕੀਰਤਨ ਕਿਸ ਤਰ੍ਹਾਂ ਕਰਨਾ ਹੈ ਤੇ ਗਤਕਾ ਵੀ ਸਿਖਾਉਨੇ ਆ ਸੀ ਤੇ ਇਹਦੇ ਵਿੱਚ ਫਿੱਤਾ ਬਲਾ ਦੀ ਸਿਖਾਈ ਤੇ ਹਰਮੋਨੀਅਮ ਦੀ ਸਿਖਲਾਈ ਵੀ ਨਾਲ ਹੀ ਦਿੰਨੇ ਆ ਜੀ ਤੁਸੀਂ ਕਿਹਾ ਵੀ ਅਸੀਂ ਜਿਸ ਜਗ੍ਹਾ ਤੇ ਖੜੇ ਆ ਇਹ ਕਲਾਸਰੂਮ ਹੈ ਦੇਖਣ ਦੇ ਵਿੱਚ ਵੀ ਬਹੁਤ ਖੂਬਸੂਰਤ ਲੱਗ ਰਿਹਾ ਕਿਉਂਕਿ ਗੁਰਮੁਖੀ ਦੇ ਜਿਵੇਂ ਊੜਾ ਐੜਾ ਜੋ ਵਿਸਰਦੇ ਜਾ ਰਹੇ ਨਹੀਂ ਬੱਚਿਆਂ ਦੇ ਮਨ ਦੇ ਵਿੱਚੋਂ ਊੜਾ ਐੜਾ 1 2 3 4 ਮੈਥਮੈਟਿਕਸ ਸਾਇੰਸ ਦੇ ਜਿਵੇਂ ਵਰਡਸ ਨੇ ਹੈ ਨਾ ਜਿਸ ਤਰੀਕੇ ਨਾਲ ਸਾਇੰਸ ਦੇ ਟੈਕਨੀਕਸ ਦੇ ਨਾਲ ਪੜਾਈ ਕਰਾਈ ਜਾਂਦੀ ਹੈ ਉਹ ਸਾਰੇ ਜਿਹੜੇ ਪੋਸਟਰਸ ਨੇ ਸਾਨੂੰ ਇੱਥੇ ਵੇਖਣ ਨੂੰ ਮਿਲਦੇ ਨੇ ਤਾਂ ਸਿਲੇਬਸ ਕਿਵੇਂ ਤਿਆਰ ਕੀਤਾ ਗਿਆ ਜਿਵੇਂ ਤੁਸੀਂ ਕਿਹਾ ਵੀ ਅਸੀਂ ਪਹਿਲੀ ਔਰ ਨਰਸਰੀ ਦੀ ਕਲਾਸਰੂਮ 'ਚ ਖੜੇ ਹਾਂ ਤੇ ਉਸ ਅਕੋਰਡਿੰਗ ਜਿਵੇਂ ਸਿਲੇਬਸ ਕਿਵੇਂ ਤਿਆਰ ਕੀਤਾ ਗਿਆ ਇਹ ਸਿਲੇਬਸ ਜੀ ਮੇਰੀ ਬੇਟੀ ਅਪਰਪਜਤ ਕੌਰ ਜੋ ਅਮਰੀਕਾ ਵਿੱਚ ਪੜਾ ਰਹੀ ਆ ਕਰਿਕੂਲਮ ਸਾਰਾ ਕੁਝ ਉਹਨੇ ਹੀ ਤਿਆਰ ਕੀਤਾ ਛੋਟੇ ਬੱਚਿਆਂ ਦੀ ਸਾਈਕੋਲੋਜੀ ਕੀ ਆ ਉਹਨੂੰ ਕਿਸ ਤਰ੍ਹਾਂ ਪੜਾਉਣਾ ਕਿਸ ਤਰ੍ਹਾਂ ਉਹਨਾਂ ਨੂੰ ਇੰਟਰਸਟ ਵਿੱਚ ਲੈ ਕੇ ਆਉਣਾ ਤੇ ਉਹ ਆਲਮੋਸਟ ਐਵਰੀ ਵੀਕ ਉਹਦੀ ਕਲਾਸ ਲੱਗਦੀ ਆ ਅਮਰੀਕਾ ਤੋਂ ਕਲਾਸ ਇੱਥੇ ਲਾਉਂਦੀ ਆ ਐਂਡ ਉਹਦਾ ਹੀ ਸਿਲੇਬਸ ਹੰ ਦਿੱਤਾ ਹੈ ਵੀ ਇਹਨਾਂ ਨੂੰ ਦੱਸਣਾ ਵੀ ਪੜ੍ਹਨਾ ਕਿਸ ਤਰ੍ਹਾਂ এনवायरमेंटਲ ਬਾਰੇ ਜਰੂਰੀ ਦੱਸਣਾ ਕਿ ਸਾਡੇ ਆਲੇ ਦੁਆਲੇ ਕਿਹੜੀ ਕਿਹੜੀ ਚੀਜ਼ ਹੈਗੀ ਆ ਮੈਪ ਬਣਾ ਕੇ ਦੱਸਣਾ ਸਾਡੇ ਆਲੇ ਦੁਆਲੇ ਜਿਹੜੇ ਜਾਨਵਰ ਨੇ ਉਹਨਾਂ ਬਾਰੇ ਵੀ ਦੱਸਣਾ ਤਾਂ ਕਿ ਉਹਨਾਂ ਨੂੰ ਪੂਰਾ 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 ਜਿਹੜਾ ਉਹਨਾਂ ਨੂੰ ਬੱਚਿਆਂ ਨੂੰ ਗਿਆਨ ਹੋਵੇ ਪਹਿਲਾਂ ਕਿ ਅਸੀਂ ਪੜ੍ਹਨ ਲੱਗੇ ਉਹਨਾਂ ਨੂੰ ਇੰਟਰਸਟ ਵੀ ਹੋਵੇ ਰੱਟਾ ਨਹੀਂ ਲਾਉਣ ਦੀ ਕੋਸ਼ਿਸ਼ ਕਰਦੇ ਤੁਸੀਂ ਊੜਾੜਾ ਦੀ ਗੱਲ ਕੀਤੀ ਹੈ ਅਸੀਂ ਊੜਾੜਾ ਤੋਂ ਸ਼ੁਰੂ ਨਹੀਂ ਕੀਤਾ ਆਦੀ ਹਹਾ ਸ਼ਬਦ ਤੋਂ ਸ਼ੁਰੂ ਕੀਤਾ ਹੁਣ ਤੁਸੀਂ ਪੁੱਛੋ ਹਹਾ ਕਿਉਂ ਕਿਉਂ ਦੀ ਪਿੱਛੇ ਆ ਮੈਂ ਇਹੀ ਪੁੱਛਣ ਵਾਲੀ ਸੀ ਕਿ ਹਹਾ ਤੋਂ ਕਿਉਂ ਸ਼ੁਰੂਆਤ ਆ ਊੜੇ ਤੋਂ ਹੁੰਦੀ ਹੈ ਹਹਾ ਤੋਂ ਇਸ ਤੋਂ ਸ਼ੁਰੂ ਕੀਤਾ ਕਿ ਇੱਕ ਇਹ ਇੱਕ ਐਸਾ ਸ਼ਬਦ ਹੈਗਾ ਜਿਹਦੇ ਨਾਲ ਕਿ ਅਸੀਂ ਬੱਚੇ ਨੂੰ ਦੱਸ ਸਕੀ ਕਿ ਹਾਂ ਹਾਂਜੀ ਦੇ ਨਾਲ ਆ ਹਾਂ ਆਹ ਕੰਮ ਕਰਨਾ ਹੈ ਤੇ ਹਾਏ ਤੋਂ ਹੀ ਹਾਤੀ ਆ ਹਾਏ ਤੋਂ ਤੀ ਸ਼ੁਰੂ ਕਰਤੇ ਹਾਏ ਤੋਂ ਫਿਰ ਆਰਾ ਬਣ ਜਾਂਦਾ ਕਿਦਾਂ ਮਤਲਬ ਪੜਾਈ ਦੇ ਨਾਲ ਨਾਲ ਗੁੱਡ ਮੈਨਰਸ ਚੰਗੇ ਆਚਾਰ ਚੰਗਾ ਆਚਰਨ ਵੀ ਸਿਖਾਇਆ ਜਾਂਦਾ ਹੈ ਜੀ ਜੀ ਉਹ ਸਾਰਾ ਕੋਈ ਸਕੋਣ ਚਾਹੁੰਦੇ ਜਿਹੜੇ ਅਸੀਂ ਸ਼ਬਦ ਲੈਨੇ ਆ ਊੜਾ ਊਂਠ ਨਹੀਂ ਲੈਂਦੇ ਅਸੀਂ ਅਸੀਂ ਊੜਾ ਓਰ ਲੈਨੇ ਆ ਓਰ ਦਾ ਮਤਲਬ ਹਿਰਦੇ ਜੋ ਗੁਰਬਾਣੀ ਵਿੱਚ ਯੂਜ਼ ਕੀਤਾ ਗਿਆ ਵਰਡ ਆ ਅਸੀਂ ਗੁਰਬਾਣੀ ਦੇ ਸ਼ਬਦ ਲੈ ਕੇ ਉਹਨਾਂ ਦਾ ਹੀ ਦੱਸਦੇ ਆਂ ਕਿ ਇਹ ਊੜੇ ਦਾ ਕੀ ਮਤਲਬ ਆ ਉਹਨੂੰ ਬੇਸਿਕਲੀ ਦੱਸਦੇ ਕਿ ਊੜਾ ਐੜਾ ਬਣਾਇਆ ਕਿਸਨੇ ਸੀ ਦੂਜੇ ਪਾਤਸ਼ਾਹ ਨੇ ਇਸ ਗੁਰਲਿਪੀ ਦਾ ਸਾਰਾ ਹੀ ਸ਼ਬਦ ਇਸ ਗੁਰੂ ਦੂਜੇ ਪਾਤਸ਼ਾਹ ਨੇ ਬਣਾਇਆ ਗੁਰੂ ਅੰਗਦ ਸਾਹਿਬ ਨੇ ਤੇ ਗੁਰੂ ਅੰਗਦ ਸਾਹਿਬ ਬਾਰੇ ਦੱਸਿਆ ਵੀ ਉਹਨਾਂ ਨੂੰ ਕੀ ਲੋੜ ਪਈ ਸੀ ਇਹ ਗੁਰਬਾਣੀ ਦਸੰਦੀ ਉਹਦੇ ਮੁਤਾਬਕ ਇਹ ਸੀ ਦੱਸਾਂ ਕਿ ਤਾਂ ਹੀ ਫੇ ਗੁਰਬਾਣੀ ਪੜ੍ਹਾ ਸਕਦੇ ਆ ਤੇ ਅਸੀਂ ਉਹ ਪ੍ਰਾਣ ਪ੍ਰਾਤਨ ਦੇ ਹਿਸਾਬ ਦੇ ਨਾਲ ਲੈ ਕੇ ਜੋ ਉਸ ਹਿਸਾਬ ਤੇ ਗੁਰੂ ਸਾਹਿਬ ਨੇ ਸਿਖਾਇਆ ਸੀ ਉਦਾਂ ਹੀ ਪੈਂਤੀ ਅੱਖਰ ਸਿੱਖਾਉਣ ਦੀ ਕੋਸ਼ਿਸ਼ ਕੀਤੀ ਮਤਲਬ ਗੁਰਬਾਣੀ ਦੀ ਸੇਧ ਲੈ ਕੇ ਬੱਚਿਆਂ ਨੂੰ ਸਿੱਖਿਆ ਗੁਰਬਾਣੀ ਰਾਹੀਂ ਜਿਸ ਤਰ੍ਹਾਂ ਗੁਰੂ ਸਾਹਿਬਾਨਾਂ ਨੇ ਸਾਨੂੰ ਸਿਖਾਇਆ ਕਿ ਕਿਸ ਤਰ੍ਹਾਂ ਦਾ ਆਚਰਣ ਰੱਖਣਾ ਹੈ ਕਿਸ ਤਰ੍ਹਾਂ ਦੇ ਵਿਚਾਰ ਰੱਖਣੇ ਨੇ ਜੀਵਨ ਜਾਂਚ ਕਿਦਾਂ ਦੀ ਹੋਣੀ ਚਾਹੀਦੀ ਹੈ ਸੋ ਉਸੇ ਗੁਰਬਾਣੀ ਦੀ ਸਿੱਖਿਆ ਲੈ ਕੇ ਅੱਗੇ ਬੱਚਿਆਂ ਨੂੰ ਸਿੱਖਿਆ ਵੰਡੀ ਜਾ ਰਹੀ ਹੈ ਹਾਂਜੀ ਇਸੇ ਤਰ੍ਹਾਂ ਇਹ ਕਰਦੇ ਆ ਇਹ ਜਿਹੜੇ ਬੱਚੇ ਛੋਟੇ ਆ 4 ਸਾਲ ਦੇ 5 ਸਾਲ ਦੇ ਫਿਰ ਅਸੀਂ ਸੋਚਿਆ ਕਿ ਜਿਹੜੇ ਇਹਨਾਂ ਨੂੰ ਇਹਨਾਂ ਦੇ ਜਿਹੜਾ IQ ਛੋਟਾ ਹੈ ਫਿਰ ਅਸੀਂ ਇੱਕ ਐਤਵਾਰ ਨੂੰ ਕੈਂਪ ਲਗਾਉਨੇ ਜਿਹਦੇ ਵਿੱਚ ਅਸੀਂ 4 ਸਾਲ ਤੋਂ ਲੈ ਕੇ 13 ਸਾਲ ਤੱਕ ਦੇ ਬੱਚੇ ਲੈਣੇ ਆ ਉਹਨਾਂ ਨੂੰ ਅਸੀਂ ਫਿਰ ਅਬ ਸਾਰਾ ਕੁਝ ਦੱਸਿਆ ਜਿੱਦਾਂ ਹੁਣ ਤੁਸੀਂ ਸਾਇੰਸ ਦੀ ਗੱਲ ਕੀਤੀ ਤੇ ਸਾਇੰਸ ਵਿੱਚ ਗੁਰੂ ਨਾਨਕ ਸਾਹਿਬ ਨੇ ਜਿਹੜਾ ਸ਼ਬਦ ਉਚਾਰਨ ਕੀਤਾ ਸੀਗਾ ਅਰਬਤ ਨਰਬਤ ਤੁੰਧੂਕਾਰਾ 1035 ਤੇ ਉਹਦਾ ਕੀ ਮਤਲਬ ਸੀ ਕਿਉਂਕਿ ਇਸ ਤੋਂ ਪਹਿਲਾਂ ਪਰਮੇਸ਼ਰ ਤੇ ਜਦੋਂ ਇਹ ਧਰਤੀ ਨਹੀਂ ਸੀ ਜਦੋਂ ਇਹ ਸੂਰਜ ਨਹੀਂ ਸੀ ਜਦੋਂ ਇਹ ਚੰਦਰਮਾ ਨਹੀਂ ਸੀ ਇਹ ਸਾਰਾ ਬੜਾ ਅੰਧਕਾਰ ਸੀ ਜਿਹੜਾ ਹਨੇਰਾ ਸੀ ਗੁਰੂ ਸਾਹਿਬ ਨੇ ਵਿਆਖਿਆ ਕੀਤੀ ਉਹਦੇ ਵਿੱਚ ਪੂਰੀ ਉਹਦੇ ਬਾਰੇ ਦੱਸਿਆ ਸੀ ਕਿ ਇੱਥੇ ਕੋਈ ਵਿਸ਼ਨੂੰ ਉਤਾਰ ਨਹੀਂ ਸੀ ਇੱਥੇ ਕੋਈ ਸ਼ਿਵਜੀ ਨਹੀਂ ਸੀ ਇੱਕੋ ਪਰਮੇਸ਼ਰ ਸੀ ਜਦੋਂ ਅਸੀਂ ਇੱਕ ਦੀ ਗੱਲ ਸ਼ੁਰੂ ਕਰਦੇ ਹਾਂ ਪਰਮੇਸ਼ਰ ਦੀ ਤਾਂ ਗੁਰੂ ਸਾਹਿਬ ਦੇ ਨਾਲ ਅਸੀਂ ਉਹ ਵੱਡੇ ਬੱਚਿਆਂ ਨੂੰ ਦੱਸਣਾ ਸ਼ੁਰੂ ਕਰਦੇ ਹਾਂ ਕੀ ਮਤਲਬ ਹੈ ਕੋਈ ਵੀ ਦਿਨ ਆਉਂਦਾ ਉਸ ਦਿਨ ਦੀ ਅਸੀਂ ਜ਼ਿਆਦਾ सिंपथी ਲੈਂਦੇ ਜਿੱਦਾਂ 14 ਮਾਰਚ ਲਿਆ ਸੀ ਅਸੀਂ 14 ਮਾਰਚ ਨੂੰ এনवायरमेंटਲ ਡੇ ਲਿਆ ਕਿਉਂਕਿ ਸਤਵੇਂ ਪਾਤਸ਼ਾਹ ਗੁਰੂ ਹਰ Rai ਜੀ ਨੇ ਬਾਗ ਲਗਾਏ ਦਵਾਈਆਂ ਬਣਾਈਆਂ ਉਹਦੇ ਬਾਰੇ ਅਸੀਂ ਸਾਰੀ ਜਾਣਕਾਰੀ ਬੱਚਿਆਂ ਨੂੰ ਦਿੰਦੇ ਨੇ ਆ ਹੁਣ ਹੁਣਾਰੇ ਬਰੇ ਬੱਚਿਆ ਬੱਚੇ ਪੁੱਛਿਆ ਅਸੀਂ ਉਹ ਸ਼ਬਦ ਲਿਆ ਗੁਰੂ ਸਾਹਿਬ ਜੀ ਦਾ ਪਾਜਵੇਂ ਪਾਛੇ ਦਾ ਹੋਲੀ ਦਾ ਜ 1080 ਪੰਨੇ ਤੇ ਉਹਦੇ ਬਾਰੇ ਦੱਸੇ ਹੋਲੀ ਦਾ ਕੀ ਮਤਲਬ ਹੈ ਆਪਣੇ ਆਪ ਨੂੰ ਕਿਸ ਰੰਗ ਦੇ ਵਿੱਚ ਲੈ ਕੇ ਜਾਣਾ ਹੋਲੀ ਕੋ ਰੰਗ ਸੁੱਟਣ ਦੀ ਨਹੀਂ ਗੱਲ ਬਾਤ ਹੈਗੀ ਇਹ ਇਹਨੂੰ ਆਪਣਾ ਆਚਰਣ ਕਿਦਾਂ ਉੱਪਰ ਲੈ ਕੇ ਜਾਣਾ ਕਿਦਾਂ ਗੁਰੂ ਦਸਵੇਂ ਪਾਛੇ ਨੇ ਹੋਲਾ ਮਹੱਲਾ ਤਿਆਰ ਕਰਕੇ ਕਿਦਾਂ ਮੁਕਾਬਲੇ ਕਰਵਾਏ ਸੀ ਅਸੀਂ ਉਸ ਤਰ੍ਹਾਂ ਹੀ ਚਾਹੁੰਦੇ ਕਿ ਤੁਸੀਂ ਵੀ ਮੁਕਾਬਲੇ ਕਰੋ ਤੇ ਤੁਸੀਂ ਗੁਰੂ ਮਹਾਰਾਜ ਦੀ ਖੁਸ਼ੀਆਂ ਪ੍ਰਾਪਤ ਕਰੋ ਨਾ ਕਿ ਤੁਸੀਂ ਇੱਕ ਦੂਜੇ ਤੇ ਰੰਗ ਸੁੱਟੋ ਇਸ ਤੋਂ ਗਾਲੀਆਂ ਕੱਢੋ ਅਸੀਂ ਉਹ ਬੋਲਣਾ ਚਾਹੁੰਦੇ ਆ ਕਿ ਤੁਸੀਂ ਆਪਣੀ ਸ਼ਰਦਾ ਦੇ ਨਾਲ ਆਪਣੀ ਪੰਜਾਬੀ ਲੈਂਗੁਏਜ ਦੇ ਨਾਲ ਉਸ ਬਾਣੀ ਦੇ ਵਿੱਚ ਰਲ ਕੇ ਉਸ ਹਾਵਨਾ ਚੱਲੋ ਬਾਣੀ ਦੇ ਸ਼ਬਦ ਲੈ ਕੇ ਚੱਲਦੇ ਹਾਂ ਅਸੀਂ ਜਿਸ ਤਰ੍ਹਾਂ ਇਹ ਜਾਣਨਾ ਚਾਹੁੰਦੇ ਆ ਵੀ ਜਿਹੜੀ ਤੁਸੀਂ ਅਕੈਡਮੀ ਇਹ ਬਣਾਈ ਹੈ ਇਹ ਕਿਸੇ ਵੱਡੇ ਸਿੱਖਿਆ ਆਧਾਰੀ ਨਾਲ ਟਾਈਪ ਕਰਕੇ ਬਣਾਈ ਹੈ ਜਾਂ ਆਪਣੀ ਲੈਵਲ ਤੇ ਹੀ ਤੁਸੀਂ ਜਿਹੜੀ ਕੋਸ਼ਿਸ਼ ਹੈ ਉਹ ਕੀਤੀ ਹੈ ਅਜੇ ਅਸੀਂ ਆਪਣੇ ਲੈਵਲ ਤੇ ਸ਼ੁਰੂ ਕੀਤੀ ਹੈ ਮੈਂ ਜਦੋਂ ਸਟੱਡੀ ਜਦੋਂ ਇਸ ਅਕੈਡਮੀ ਹੁਣ ਲਗਾਈ ਸੀ ਬਹੁਤ ਸਟੱਡੀ ਕੀਤੀ ਕਿ ਕਿਹੜੇ ਐਪਲੀਕੇਸ਼ਨ ਹੋਣਾ ਚਾਹੀਦਾ ਪੰਜਾਬ ਐਜੂਕੇਸ਼ਨ ਬੋਰਡ ਹਮ ਸੈਂਟਰਲ ਐਜੂਕੇਸ਼ਨ ਬੋਰਡ ਸੀਐਸਸੀ ਪੀਸੀਐਬੀਸੀ ਬੋਰਡ ਸੀਆ ਦੇ ਹੋ ਇੱਕ ਆਈਬੀ ਬੋਰਡ ਆ ਸਾਰਿਆਂ ਬਾਰੇ ਮੈਂ ਸਟੱਡੀ ਕਰਨ ਤੋਂ ਬਾਅਦ ਇਹ ਲੱਗਾ ਕਿ ਮੈਨੂੰ ਜੋ ਅਸੀਂ ਸਿਖਾ ਰਹੇ ਆ ਉਹ ਸਾਡੇ ਅਨੁਕੂਲ ਕੁਝ ਵੀ ਨਹੀਂ ਕਿਸੇ ਵੀ ਬੋਰਡ ਦਾ ਜਿਹੜਾ ਪੜਾਉਣ ਦਾ ਢਾਂਗ ਹੈਗਾ ਉਹ ਇੱਕ ਸਿਸਟਮੈਟਿਕ ਇਦਾਂ ਹੋ ਗਿਆ ਜਿਹੜੇ ਬੱਚੇ ਰਟਾ ਲਾ ਕੇ ਕਰਾਈ ਚੱਲੋ ਸਿਲੇਬਸ ਖਤਮ ਕਰੀ ਚੱਲੋ ਮੈਨੂੰ ਕੋ ਚੰਗਾ ਲੱਗਾ ਨਹੀਂ ਮੈਂ ਸਭ ਕੋ ਸਾਰੀ ਦੁਨੀਆ ਵਿੱਚ ਕਹਿਣਾ ਚਾਹੁੰਦਾ ਕਿ ਤੁਸੀਂ ਆਪਣਾ ਗੁਰਮੁਖੀ ਕੋਈ ਕੈਂਪ ਕੋਈ ਬੋਰਡ ਬਣਾ ਕੇ ਦੱਸੇ ਮੈਨੂੰ ਜਿਹਦੇ ਵਿੱਚ ਅਸੀਂ ਆਪ ਆਪਣੇ ਬੱਚਿਆਂ ਨੂੰ ਪੜਾ ਸਕੀ ਹੁਣ ਸਾਡੀ ਆਬਾਦੀ ਕਾਫੀ ਹੈ ਦੁਨੀਆ ਦੇ ਵਿੱਚ ਸਾਰੇ ਪਾਸੇ ਇਸ ਬੋਰਡ ਨੂੰ ਅਸੀਂ ਆਪ ਕਿਉਂ ਨਹੀਂ ਬਣਾ ਸਕਦੇ ਗੁਰਮੁਖੀ ਬੋਰਡ ਕਿਉਂ ਨਹੀਂ ਬਣਾ ਸਕਦੇ ਜਿਹੜਾ ਕਿ ਪੰਜਾਬੀ ਵਿੱਚ ਹੀ ਹੋਵੇ ਪਰ ਉਹਦੇ ਵਿੱਚ ਇੰਗਲਿਸ਼ ਵੀ ਹੋਵੇ ਉਹਦੇ ਵਿੱਚ ਸਾਇੰਸ ਵੀ ਹੋਵੇ ਉਹਦੇ ਵਿੱਚ ਮੈਥ ਵੀ ਹੋਵੇ ਸਾਡਾ ਬੱਚਾ ਜਿਹੜਾ ਇੱਥੇ ਪੜ੍ਹ ਕੇ ਜਾਵੇ ਹਰ ਦੁਨੀਆ 'ਚ ਕਿਸੇ ਕੋਨੇ ਚਲ ਜਵੇ ਉਸ ਨੂੰ ਹਰ ਚਿਰਾਂ ਦੀ ਨੌਲੇਜ ਹੋਣੀ ਚਾਹੀਦੀ ਆ ਐਨ ਉਹਨੂੰ ਆਪਣੀ ਇੱਕ ਆਜ਼ਾਦੀ ਹੋਣੀ ਚਾਹੀਦੀ ਆ ਕਿ ਉਹ ਕੀ ਬਣਨਾ ਚਾਹੁੰਦਾ ਪਰਮਾਤਮਾ ਨੇ ਸਾਰੇ ਜਿਹੜੇ ਪਨਾਏ ਸਾਰੇ ਅਨੋਖੇ ਬਣਾਏ ਆ ਜੋ ਸਾਰ ਬੱਚਾ ਜਿਹੜਾ ਹੈਗਾ ਉਹ ਇੱਕ ਅਨੋਖਾ ਹੈ ਹਰ ਦੀ ਇੱਕ ਅਲੱਗ-ਅਲੱਗ ਜਿਹੜੀ ਉਸ ਦੀ ਕਹ ਪਛਾਣ ਹੈ ਉਹਦੀ ਅਲੱਗ-ਅਲੱਗ ਆਪਣੇ ਗੁਣ ਨੇ ਹੁਣ ਗੁਣਾਂ ਨੂੰ ਅਸੀਂ ਲੈ ਕੇ ਅੱਗੇ ਲੈ ਕੇ ਜਾਣਾ ਕਿ ਉਹ ਕੀ ਬਣਨਾ ਚਾਹੁੰਦਾ ਮੇਬੀ ਉਹ ਡਾਕਟਰ ਬਣਨਾ ਚਾਹੁੰਦਾ ਮੇਬੀ ਉਹ ਇੱਕ ਕਥਾਵਾਚਕ ਬਣਨਾ ਚਾਹੁੰਦਾ ਜੋ ਵੀ ਬਣਨਾ ਚਾਹੁੰਦਾ ਉਹ ਕੋਈ ਵੀ ਕੰਮ ਛੋਟਾ ਨਹੀਂ ਹੈ ਉਹ ਤੁਹਾਨੂੰ ਦੱਸਣਾ ਇਸੇ ਕੰਮ ਦੇ ਵਿੱਚ ਅਸੀਂ ਕਿਸ ਤਰ੍ਹਾਂ ਆਪਣੇ ਆਪ ਦਾ ਗੁਜ਼ਾਰਾ ਕਰਨਾ ਤੇ ਕਿਸ ਤਰ੍ਹਾਂ ਇਸ ਸਹਜ ਵਿੱਚ ਰਹਿਣਾ ਇਸ ਤਰ੍ਹਾਂ ਦੀ ਅਸੀਂ ਮੂਵੀਆਂ ਵੀ ਦਿਖਾਉਨੇ ਆ ਉਹਨਾਂ ਬੱਚਿਆਂ ਨੂੰ ਵੀ ਆਪਣੇ ਸਹਜ ਵਿੱਚ ਕਿਸਾ ਰਹਿਣਾ ਬੱਚਿਆਂ ਲੜਾਈ ਕਿਸਾ ਨਹੀਂ ਕਰਨੇ ਕਿੰਨੇ ਘੰਟੇ ਦੀ ਕਲਾਸ ਹੁੰਦੀ ਹੈ ਜਿਹੜੀ ਆ ਇਹ ਰੈਗੂਲਰ ਕਲਾਸ ਜਿਹੜੀ ਆਪਣੇ ਸਕੂਲ ਬੱਚਿਆਂ ਦੀ ਹੈ ਤਾਂ 9 ਤੋਂ 3 ਵਜੇ ਤੱਕ ਹੈ 2:30 ਵਜੇ ਤੱਕ ਸੌਰੀ ਤੇ ਜਿਹੜਾ ਕੈਂਪ ਹੈਗਾ ਦੋ ਤੋਂ 6 ਆ 4 ਘੰਟੇ ਦਾ ਕੈਂਪ ਹਰ ਰੋਜ਼ ਲਗਾਇਆ ਜਾਂਦੇ ਸੰਡੇ ਹਰ ਸੰਡੇ ਸੰਡੇ ਲਗਾ ਕੈਂਪ ਲਾਉਂਦੇ ਆ ਪੜ੍ਹਾਈ ਦੀ ਜਿਹੜੀ ਕਲਾਸ ਹੈ ਉਹ ਹਰ ਰੋਜ਼ ਸੋਮਵਾਰ ਤੋਂ ਸ਼ਨੀਵਾਰ ਸੋਮਵਾਰ ਤੋਂ 9 ਵਜੇ ਤੋਂ ਲੈ ਕੇ 2:30 ਵਜੇ ਤੱਕ ਇਹਦੇ ਦੇ ਵਿੱਚ ਅਸੀਂ ਸਾਰੇ ਹੀ ਸਬਜੈਕਟ ਕਵਰ ਕਰਦੇ ਹਾਂ ਸੋਮਵਾਰ ਤੋਂ ਸ਼ੁੱਕਰਵਾਰ ਤੱਕ ਠੀਕ ਹੈ ਸ਼ਨੀਵਾਰ ਛੁੱਟੀ ਹੁੰਦੀ ਹੈ ਉਹਨਾਂ ਦੀ ਤੇ ਅਸੀਂ ਸਾਰੇ ਹੀ ਸਬਜੈਕਟ ਕਵਰ ਕਰਦੇ ਹਾਂ ਤੇ ਸਟਾਰਟਿੰਗ ਸਾਡੀ ਹੈਗੀ ਤੁਸੀਂ ਇੱਥੇ ਦੇਖ ਸਕਦੇ ਹੋ ਉਹ ਜਿਹੜਾ ਲੱਗਾ ਚਾਰਟ ਅਰਾਈਲ ਅਸੈਂਬਲੀ ਇੰਗਲਿਸ਼ 뮤ਜ਼ਿਕ ਅਸੈਂਬਲੀ ਹੁੰਦੀ ਗੁਰਦੁਆਰੇ ਜਾਂਦੇ ਆ ਫਿਰ ਇੰਗਲਿਸ਼ ਦੀ ਕਲਾਸ ਲੱਗਦੀ ਹੈ ਫਿਰ 뮤ਜ਼ਿਕ ਦੀ ਕਲਾਸ ਲੱਗਦੀ ਹੈ ਫਿਰ ਸਰਕਲ ਬਹਿ ਕੇ ਬੱਚੇ ਆਪਸ ਵਿੱਚ ਡਿਸਕਸ ਕਰਦੇ 10 ਮਿੰਟ ਦਾ ਉਹ ਵੀ ਟਾਈਮ ਹੁੰਦਾ ਕਿਸ ਤਰ੍ਹਾਂ ਦੀ ਇਹ ਡਿਸਕਸ਼ਨ ਬੱਚਿਆਂ ਦੇ ਵੱਲੋਂ ਕੀਤੀ ਜਾਂਦੀ ਹੈ ਆਪਸ ਵਿੱਚ ਹੀ ਦੱਸਦੇ ਕਿ ਅਸੀਂ ਕੀ ਸਿੱਖਿਆ ਕੀ ਸਿੱਖਿਆ ਕਿਹੜੀ ਚੀਜ਼ ਚੰਗੀ ਲੱਗੀ ਕਿਹੜੀ ਚੀਜ਼ ਮਾੜੀ ਲੱਗੀ ਉਹ ਇੱਥੇ ਸਰਕਲ ਵਿੱਚ ਬੈਠ ਕੇ ਆਪਣੇ ਆਪ ਦੱਸਦੇ ਆ ਵੀ ਅੱਜ ਅਸੀਂ ਕੀ ਕੀਤਾ ਇੱਕ ਤਰ੍ਹਾਂ ਰਿਵਾਈਜ਼ ਹੋ ਜਾਂਦਾ ਉਸ ਤੋਂ ਬਾਅਦ ਫਿਰ ਕੀਰਤਨ ਹੁੰਦਾ ਫਿਰ ਲੰਚ ਤੋਂ ਬਾਅਦ ਥੋੜੀ ਰੈਸਸ ਤੋਂ ਬਾਅਦ ਮੈਥ ਫੇਰ ਸਨੈਕ ਦੇ ਵਿੱਚ ਵੀ ਸਰਕਲ ਹੀ ਲਾਉਣੇ ਆ। ਹਮਮ ਸਨੈਕ ਦੇ ਨਾਲ 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 ਟੀਚਰ ਦੱਸਦੇ ਆ ਵੀ ਤੁਸੀਂ ਅੱਜ ਕੀ ਕੀਤਾ ਕਿਹੜਾ ਚੰਗਾ ਲੱਗਾ ਕਿਹੜਾ ਮਾੜਾ ਲੱਗਾ। ਉਹ ਬੱਚਿਆਂ ਨੂੰ ਇੰਟਰਸਟ ਵਿੱਚ ਅਸੀਂ ਲੈ ਕੇ ਆਉਂਦੇ ਆ। ਕੁਲਵਿੰਦਰ ਜੀ ਇੱਕ ਨਾ ਸਵਾਲ ਮੇਰੇ ਮਨ ਦੇ ਵਿੱਚ ਆ ਰਿਹਾ ਹੈ ਬਾਰ-ਬਾਰ ਕਿ ਕਿਉਂਕਿ ਮੈਂ ਖੁਦੇ ਕਮਾਂ ਹਣਾ ਤੇ ਪੇਰੈਂਟਸ ਇਹ ਸੋਚਦੇ ਨੇ ਵੀ ਸਾਡਾ ਬੱਚਾ ਸਭ ਤੋਂ ਟਾਪ ਦੇ ਸਕੂਲ 'ਚ ਪੜੇ ਜਿੱਥੇ ਫਰਾਟੇਦਾਰ ਅੰਗਰੇਜ਼ੀ ਬੋਲੀ ਜਾਂਦੀ ਹੋਵੇ ਮਤਲਬ ਉਹ ਸਕੂਲ ਦੀ ਪੜ੍ਹਾਈ ਨਾਲ ਨਾ ਕੋਈ ਕੰਪੀਟੀਸ਼ਨ ਨਾ ਕਰ ਸਕਦਾ ਹੋਵੇ ਜਿਵੇਂ ਤੁਸੀਂ ਕਿਹਾ ਵੀ ਬਿਲਕੁਲ ਮੈਥਡਸ ਬਹੁਤ ਵਧੀਆ ਨੇ ਤੇ ਬਹੁਤ ਇੰਟਰਸਟਿੰਗ ਵੀ ਲੱਗ ਰਹੇ ਨੇ ਵੇਖਣ 'ਚ ਪਰ ਪੇਰੈਂਟਸ ਨੂੰ ਕਨਵਿੰਸ ਕਰਨਾ ਕਿੰਨਾ ਕੌਖਾ ਜਦੋਂ ਬੱਚਿਆਂ ਨੂੰ ਬੁਲਾਉਣੇ ਹੋ ਹਣਾ ਐਡਮਿਸ਼ਨ ਲਈ ਪ੍ਰਪੋਜ਼ਲ ਦਿੰਨੇ ਹੋ ਪੇਰੈਂਟਸ ਨੂੰ ਤਾਂ ਕਿੰਨਾ ਕੌਖਾ ਹੁੰਦਾ ਕਨਵਿੰਸ ਕਰਨਾ ਇਹ ਬਹੁਤ ਹੀ ਔਖਾ ਬੜਾ ਸਵਾਲ ਕੁਐਸਚਨ ਤੇ ਪੁੱਛਿਆ ਬਹੁਤ ਹੀ ਔਖਾ ਮੈਨੂੰ ਪੇਰੈਂਟਸ ਨੂੰ ਸਮਝਾਉਣਾ ਕਿ ਉਹ ਜਿਨ੍ਹਾਂ ਦੇ ਦਿਲ ਪੱਕੇ ਹੋ ਗਏ ਨਾ ਉਹ ਇਥੇ ਸੀਬੀਐਸਸੀ ਪਲੇ ਹੈ ਨਹੀਂ ਇਹ ਬੋਰਡ ਸਾਡਾ ਬੱਚਾ ਸੀਬੀਐਸਸੀ ਚ ਬੋਰਡ ਜਾਣਾ ਚਾਹੀਦਾ ਜੀ ਤੁਹਾਡੇ ਕੋਲ ਸੀਬੀਐਸਸੀ ਬੋਰਡ ਨਹੀਂ ਤਾਂ ਇਸ ਨਹੀਂ ਪੜਾਉਣਾ ਹੂੰ ਬਿਲਕੁਲ ਤੇ ਕਿਸੇ ਮਾਪੇ ਨੂੰ ਇਹ ਨਹੀਂ ਪਤਾ ਸੀਬੀਐਸਸੀ ਦਾ ਮਤਲਬ ਕੀ ਹੈ ਹੂੰ ਕਦੇ ਕਿਸੇ ਨੂੰ ਇਹ ਨਹੀਂ ਕਦੀ ਇੱਕ ਨੂੰ ਪੁੱਛਿਆ ਜਿਹੜਾ ਆਇਆ ਸੀ ਪੁੱਛਣੇ ਮੈਂ ਕਿਹਾ ਸੀਬੀਐਸਸੀ ਬੋਰਡ ਦਾ ਪਤਾ 12+2 ਦਾ ਜਿਹੜਾ ਐਗਜ਼ਾਮ ਦੇਦੇ ਕਿੱਥੇ ਕਿਹੜੇ ਬੋਰਡ ਦਾ ਦਿੰਦੇ ਸੀਬੀਐਸਸੀ ਬੋਰਡ ਤਾਂ 10 ਤੱਕ ਆ ਉਹ ਕੀ ਤੁਸੀਂ ਸਿਰਫ ਇੰਗਲਿਸ਼ ਪੜਾ ਕੇ ਹੀ ਬੱਚਿਆਂ ਨੂੰ ਕਰਨਾ ਚਾਹੁੰਦੇ ਹੋ? ਕੀ ਤੁਹਾਡਾ ਟੀਚਾ ਹੈ ਕਿ ਤੁਸੀਂ ਬਸ ਪਲੱਸ 2 ਕਰਾ ਕੇ ਤੇ ਬੱਚਿਆਂ ਨੂੰ ਹਾਈਲਟ ਕਰਕੇ ਬਾਹਰ ਭੇਜਣਾ ਚਾਹੁੰਦੇ ਹੋ? ਮੇਰਾ ਇਹ ਟੀਚਾ ਨਹੀਂ ਹੈ। ਮੇਰਾ ਟੀਚਾ ਹੈ ਕਿ ਤੁਸੀਂ ਇੱਥੇ ਰਹਿ ਕੇ ਇਸ ਧਰਤੀ ਤੇ ਤੁਸੀਂ ਸਾਰਾ ਕੁਝ ਕਰ ਸਕਦੇ ਹੋ। ਇੱਥੇ ਕਿਹੜੀ ਚੀਜ਼ ਦਾ ਘਾਟ ਹੈ? ਜਿਹੜੇ ਬੱਚੇ ਬਾਹਰ ਗਏ ਕਿੰਨੇ ਕ ਬੱਚੇ ਕਾਮਯਾਬ ਹੋਏ? ਮੈਂ ਇੱਕ ਆਪ ਬਾਹਰੋਂ ਆਇਆ ਹਾਂ ਇਸ। ਮੈਂ ਆਲਮੋਸਟ 30 ਸਾਲ ਮੈਂ ਅਮਰੀਕਾ ਦੇ ਵਿੱਚ ਰਿਹਾ। ਮੈਂ ਨਹੀਂ ਦੇਖਿਆ ਕੋਈ ਮੈਨੂੰ ਕੋਈ ਆਜ਼ਾਦੀ ਮਿਲੀ ਉੱਥੇ। ਮੈਂ ਗੁਲਾਮ ਅੰਗੂ ਤੇ ਰਿਆਂ ਟੈਕਸ ਨਾ ਪੇ ਕਰਦਾ ਠੀਕ ਹੈ ਉਹ ਅਸੀਂ ਇੱਥੇ ਕਿਉਂ ਨਹੀਂ ਕਰ ਸਕਦੇ ਇੱਥੇ ਗੁਰੂਆਂ ਦੀ ਧਰਤੀ ਹੈ ਕਿਉਂ ਨਹੀਂ ਕਰ ਸਕਦੇ ਅਸੀਂ ਕਿਉਂ ਨਹੀਂ ਆਪਣੇ ਬਸ ਕਰ ਸਕਦੇ ਜੋ ਸਾਨੂੰ ਚੌਥੇ ਪਾਸ਼ਾ ਜੀ ਨੇ ਕਿਉਂ ਸ਼ਹਿਰ ਬਣਾਇਆ ਸੀ ਅੰਮ੍ਰਿਤਸਰ ਪੰਜਵੇਂ ਪਾਸ਼ੇ ਤਰਨਤਾਰ ਸ਼ਹਿਰ ਕਿਉਂ ਬਣਾਇਆ ਸੀ ਨੌਵੇਂ ਪਾਸ਼ਾ ਜੀ ਨੇ ਆਨੰਦਪੁਰ ਸਾਹਿਬ ਲੈ ਲਿਆ ਛੇਵੇਂ ਪਾਸ਼ੇ ਨਕੀਰਪੁਰ ਸਾਹਿਬ ਬਣਾਇਆ ਇਹ ਜਿਹੜੇ ਸ਼ਹਿਰ ਗੁਰੂਆਂ ਨੇ ਬਸਾਏ ਇਹਦਾ ਕੀ ਕਾਰਨ ਹੈ ਕਿਸੇ ਕੋਈ ਸੋਚਿਆ ਕਿਸੇ ਨੇ ਕੀ ਉਹਨਾਂ ਸੀਬੀਸੀ ਸਿਲੇਬਸ ਪੁੱਛਿਆ ਸੀ ਉਸ ਟਾਈਮ ਤੇ ਹਰੇਕ ਨੂੰ ਐਜੂਕੇਸ਼ਨ ਦੇਣ ਦਾ ਮਕਸਦ ਸੀ ਉਹ ਐਜੂਕੇਸ਼ਨ ਦੇਣ ਦਾ ਅਸੀਂ ਇੱਕ ਮਕਸਦ ਪੂਰਾ ਹੱਲ ਕਰ ਰਹੇ ਹਾਂ ਬੱਚਿਆਂ ਲਈ ਇਹ ਬੋਰਡ ਨਾ ਕੀ ਮਤਲਬ ਆਪਾਂ ਪਹਿਲਾਂ ਹੀ ਗੱਲ ਕਰ ਚੁੱਕੇ ਹਾਂ ਬੋਰਡ ਮੈਨੂੰ ਕੋਈ ਵੀ ਚੰਗਣ ਲੱਗਾ ਮੈਂ ਰਟਾ ਨਹੀਂ ਲਵਾਉਂਗਾ ਮੈਂ ਆਪਣੇ ਮਾਪਿਆਂ ਨੂੰ ਕਹੂੰਗਾ ਜੇ ਉਹਨਾਂ ਨੇ ਮਰਜ਼ੀ ਹੈ ਤਾਂ ਪੜ੍ਹਾ ਸਕਦੇ ਮੈਂ ਕਿਸੇ ਜ਼ਬਰਦਸਤ ਕਿਸੇ ਨੂੰ ਨਹੀਂ ਕਰਦਾ ਚਾਹੇ ਸਾਡੀ ਅੱਜ ਚਾਰ ਹੀ ਬੱਚੇ ਨੇ ਜਾਂ ਪੰਜ ਬੱਚੇ ਨੇ ਮੈਂ ਇਹਨਾਂ 'ਚ ਹੀ ਬੜਾ ਸੰਤੋਸ਼ਤ ਹਾਂ ਕੋਈ ਚਾਰ ਪੰਜ ਹੀ ਤਾਂ ਬਣ ਗਏ ਇਹਨਾਂ ਨੂੰ ਦੇਖ ਕੇ ਸ਼ਾਇਦ ਉਹਨਾਂ ਦੇ ਮਨ ਵਿੱਚ ਆਏਗਾ ਕਿ ਸਾਡੇ ਬੱਚੇ ਅੱਗੇ ਪੜ੍ਹਨ ਤੁਸੀਂ ਮਾਂ ਤੁਸੀਂ ਆਪਣਾ ਬੱਚਾ ਇੱਥੇ ਲੈ ਕੇ ਆਓ ਫਿਰ ਦੇਖੋ ਕੀ ਇਹਦਾ ਨਿਕਲ ਆ ਕਿਦਾ ਇਹਨੇ ਡਰਤ ਰਹਿੰਦਾ ਕਿਉਂਕਿ ਮੂਲ ਮਤਲਬ ਨਿਰਪਾਉ ਨਿਰਵੈਰ ਵੀ ਦੱਸਿਆ ਤੇ ਡਰਦਾ ਸੀ ਬੱਚਿਆਂ ਨੂੰ ਕਹਿੰਦੇ ਵੀ ਤੂੰ ਨਹੀਂ ਤੂੰ ਹோம்ਵਰਕ ਆ ਨਾ ਤਾਂ ਕੁੱਟਾਂਗੇ ਨਹੀਂ ਤੇ ਪਟੂਸ਼ਨ ਤੇ ਭੇਜਾਂਗੇ ਉਹਨਾਂ ਦੇ ਬਾਕੀ ਦਾ ਮਤਲਬ ਕਹਦਾ ਵੀ ਜਿਹੜਾ ਖੇਡਣ ਦਾ ਟਾਈਮ ਹੈ ਉਹ ਤਾਂ ਖਤਮ ਕਰਤਾ ਤੁਸੀਂ ਕੀ ਜਿਹੜੇ ਉਹਨੇ ਬਾਕੀ ਦੇ ਐਕਟੀਵਿਟੀਜ਼ ਕਰਨੀਆਂ ਹੈਗੀਆਂ ਜੇ ਕੋ ਉਹਨੇ ਫੁੱਟਬਾਲ ਖੇਡਣਾ ਜਾਂ ਕੋ ਬੈਡਮਿੰਟਨ ਖੇਡਣਾ ਜਾਂ ਕੁਝ ਹੋਰ ਚੀਜ਼ ਕਰਨੀ ਐਕਟੀਵਿਟੀ ਉਹ ਤਾਂ ਬੰਦਿਆ 10:30 ਵਜੇ ਬੱਚਾ ਸਕੂਲੋਂ ਤਾਂ ਫਿਰ ਟਿਊਸ਼ਨ ਚੱਲ ਜਾ। ਬਿਲਕੁਲ। ਕੀ ਆ ਤੁਸੀਂ ਬੱਚੇ ਨੂੰ ਇਦਾਂ ਕਰਨਾ ਚਾਹੁੰਦੇ ਆ? ਉਹਦਾ ਮੋਟਿਵ ਵੀ ਮਾਰ ਦੇਣਾ ਚਾਹੁੰਦੇ ਆ? ਮੈਂ ਨਹੀਂ ਚਾਹੁੰਦਾ। ਮੈਂ ਇਸੇ ਕਰਕੇ ਕਰਕੇ ਇਹ ਅਕੈਡਮੀ ਖੋਲੀ। ਜਿਸ ਤਰ੍ਹਾਂ ਤੁਸੀਂ ਜ਼ਿਕਰ ਕੀਤਾ ਵੀ ਤੁਹਾਡੀ ਬੇਟੀ ਜਿਹੜੀ ਆ ਯੂਐਸ ਤੋਂ ਉਹ ਵੀ ਕੋਚਿੰਗ ਦਿੰਦੇ ਨੇ। ਹੋਰ ਕਿੰਨੇਕ ਟੀਚਰਸ ਨੇ ਉਹਨਾਂ ਦੇ ਨਾਲ ਜਿਹੜੇ ਅਲੱਗ-ਅਲੱਗ ਸਬਜੈਕਟਸ ਪੜ੍ਹਾਉਂਦੇ ਨੇ ਜਾਂ ਫਿਰ ਤੁਸੀਂ ਇਕੱਲੇ ਖੁਦ ਵੀ ਪੜ੍ਹਾਉਂਦੇ ਹੋ। ਇਸ ਟਾਈਮ ਸਾਡੇ ਕੋਲ ਇੱਕ ਹੀ ਟੀਚਰ ਜਿਹਨੂੰ ਟ੍ਰੇਨ ਉਹ ਆਪ ਆਈ ਸੀ ਪਰ ਅਭਜੋਤੀ ਇੱਥੇ ਆ ਕੇ ਟ੍ਰੇਨਿੰਗ ਦੇ ਕੇ ਗਈ ਉਹਨਾਂ ਨੂੰ ਕਿੱਦ ਤੇ ਉਹ ਸਾਡੇ ਲਈ ਟੀਚਰ ਜੇ ਇੱਕੋ ਜਿਹਾ ਅਸੀਂ ਹੋਰ ਟੀਚਰ ਲੱਭਦੇ ਆ ਜਿਹੜਾ ਕਿ ਇਸ এনवायरमेंट ਨੂੰ ਸਮਝ ਸਕੇ ਇਸ ਤਰ੍ਹਾਂ ਪੜ੍ਹਾ ਸਕੇ ਅਸੀਂ ਬੱਚਿਆਂ ਨੂੰ ਮਾਰਦੇ ਨਹੀਂ ਡਾਂਟਦੇ ਨਹੀਂ ਜਿਹੜਾ ਵੀ ਟੀਚਰ ਦੀ ਮੈਂ ਇੰਟਰਵਿਊ ਲਵਾਂ ਉਹ ਤੋਂ ਇਹ ਸੋਚ ਰਿਹਾ ਕਿ ਸਾਡਾ ਜਾਬ ਆ ਵੀ ਮੈਂ ਚਪੇੜ ਮਾਰ ਕੇ ਸਮਝਾ ਦੂੰਗਾ ਅਸੀਂ ਉਹ ਚਾਹੁੰਦੇ ਨਹੀਂ ਕਿਉਂਕਿ ਜਿਹੜੇ ਬੱਚੇ ਨੂੰ ਤੁਸੀਂ ਸਮਝਾਉਣਾ ਉਹਦੀ ਸਾਈਕੋਲੋਜੀ ਸਮਝੋ ਉਹਨੂੰ ਲੱਗਦਾ 3 ਦਿਨ ਲੱਗ ਸਕਦੇ ਬੋਲਣ ਨੂੰ ਛੇ ਮਹੀਨੇ ਵੀ 5 ਦਿਨ ਲੱਗ ਸਕਦੇ ਪਹਿਲਾਂ ਉਹਦਾ ਡਰ ਤੇ ਦੂਰ ਕਰੋ ਤੁਸੀਂ ਪਹਿਲਾ ਚਪੇੜਾ ਮਾਲਮ ਕੀ ਕਰੋਗੇ ਮੈਂ ਤੁਹਾਨੂੰ ਦੱਸਿਆ ਨਾ ਸਕੂਲਾਂ ਦੇ ਹਿਸਾਬ ਤੱਕ ਜੇ ਕਿਸੇ ਟੀਚਰ ਨੂੰ ਪੁੱਛਣ ਜਾਓ ਵੀ ਮੈਨੂੰ ਇਹ ਸਵਾਲ ਨਹੀਂ ਆਇਆ ਤੈਨੂੰ ਕੱਲ ਤਾਂ ਸਮਝਾਇਆ ਸੀ ਚਾਰ ਚਪੇੜਾ ਮਾਰ ਲੈਂਦੇ ਆ ਮੈਂ ਤਾਂ ਬੱਚੇ ਦੇਖੇ ਆ ਮੈਂ ਪਿਛਲੇ 10 ਸਾਲ ਤੋਂ ਇਹ ਦੇਖਿਆ ਜਿਹੜੇ ਬੱਚੇ ਪੜਾਉਣਾ 10 12 ਸਾਲ ਤੋਂ ਬੱਚੇ ਦੇਖੇ ਆ ਜਿਨ੍ਹਾਂ ਦਾ ਡਰ ਹੀ ਹੈ ਮੰਦ ਵਿੱਚ ਪੜ੍ਹਾਈ ਦਾ ਡਰ ਨਹੀਂ ਹੋਣਾ ਚਾਹੀਦਾ ਪੜ੍ਹਾਈ ਦਾ ਇੰਟਰਸਟ ਹੋਣਾ ਚਾਹੀਦਾ ਅਸੀਂ ਇੰਟਰਸਟ ਪੈਦਾ ਕਰਦੇ ਆ ਅਸੀਂ ਚਾਹੁੰਦੇ ਹਾਂ ਹੋਰ ਤੁਹਾਨੂੰ ਟੀਚਰ ਜੁਆਇਨ ਕਰ ਰਿਹਾ ਸੀ ਐਡਵਰਟਾਈਜ਼ਮੈਂਟ ਕਰਦੇ ਆ ਪਰ ਅਜੇ ਥਰ ਕੋਈ ਕੋਈ ਡੀਟੈਲ ਲ ਤਾਂ ਪਤਨੀ ਹੈ ਉਹ ਕਲਾਸ ਲਗਵੰਦੀ ਆ ਮੈਂ ਆ ਕੇ ਕਲਾਸ ਲਗਾ ਦਨਾ ਜਦ ਤੱਕ ਨਹੀਂ ਕੋ ਹੁੰਦਾ ਤੇ ਮੈਂ ਆਪੇ ਆ ਕੇ ਲਗਾ ਦਨਾ ਜਿਸ ਤਰ੍ਹਾਂ ਤੁਸੀਂ ਟਾਈਮ ਟੇਬਲ ਦਿਖਾਇਆ ਉਸ ਦੇ ਵਿੱਚ ਗੁਰਮਤਿ ਕੀਰਤਨ ਪਾਠ ਗੁਰਬਾਣੀ ਸਿਖਾਣਾ ਉਹ ਫਿਰ ਟੀਚਰ ਸਿਖਾਉਂਦੇ ਨੇ ਜਾਂ ਤੁਸੀਂ ਸਿਖਾਉਂਦੇ ਟੀਚਰ ਵੀ ਹੈਗਾ ਜੀ ਗੁਰਬਾਣੀ ਜਿਹੜਾ ਤਬਲਾ ਵਗੈਰਾ ਤੇ ਤਬਲਾ ਤੇ ਹਾਰਮੋਨੀਅਮ ਕੋਲੇ ਟੀਚਰ ਹੈਗਾ ਸਾਡੇ ਕੋਲ ਉਹ ਆ ਕੇ ਆਪਣੀ ਕਲਾਸ ਬੜੀ ਲਗਾਉਂਦਾ ਗਤਕਾ ਵੀ ਸਿਖਾਉਂਦਾ ਉਹ ਸਾਡੇ ਕੋਲ ਟੀਚਰ ਤੇ ਹੈਗੇ ਆ ਤੇ ਜਿੰਦ ਤੱਕ ਇੱਥੇ ਮੌਜੂਦ ਨਹੀਂ ਉਹ ਟੀਚਰ ਤੇ ਜਿਹੜਾ ਇਹ ਨਹੀਂ ਹਰ ਰੋਜ਼ ਜਲ ਸੰਗ ਲਗਾ ਲਗਾਉਂਦਾ ਉਹ ਟੀਚਰ ਹੈ ਸਾਡਾ ਪਰ ਉਹ ਪੜਾਉਂਦਾ ਨਹੀਂ ਉਹ ਸਿਰਫ ਇਹੀ ਕੰਮ ਸਿਖਾਉਂਦਾ ਹੈ ਜਿਹੜਾ ਕਰਦਾ ਉਹਦਾ ਮੇਨ ਮੱਕਾ ਮੇਹੀ ਸੋਚ ਤੱਕ ਸ਼ਾਮ ਤੱਕ ਬੱਚਿਆਂ ਨੂੰ ਦਸਨਾ ਉਹਨਾਂ ਨੂੰ ਟ੍ਰੇਨ ਕਰਨਾ ਜੇ ਤੁਸੀਂ ਅੱਜ ਆ ਪ੍ਰੋਗਰਾਮ ਦੇਖੋਗੇ ਸਾਡੇ ਬੱਚਿਆਂ ਨੇ ਕੀਰਤਨ ਉਸੇ ਕੋਲ ਹੀ ਸਿੱਖਿਆ ਜਿਹੜਾ ਉਹ ਕਰਨਗੇ ਅੱਜ ਤਕਰੀਬਨ ਪੌਣੇ 8 8 ਵਜੇ ਸ਼ੁਰੂ ਹੋਏਗਾ ਉਹਨਾਂ ਦਾ ਪ੍ਰੋਗਰਾਮ ਤੇ ਤੁਸੀਂ ਜ਼ਰੂਰ ਉਹਨਾਂ ਨੂੰ ਕਵਰ ਕਰਿਓ ਜਿਹੜੇ ਉਹ ਕਰਨਗੇ ਹਰ ਸਾਲ ਗੁਰਮੁਤ ਸਮਾਗਮ ਦੀ ਕਰਵਾਇਆ ਜਾਂਦਾ ਹੈ ਉਸ ਦੇ ਪਿੱਛੇ ਕੀ ਮਨਸਬ 15 ਅਪ੍ਰੈਲ ਨੂੰ ਹੀ ਹਰ ਸਾਲ ਕਰਵਾਇਆ ਜਾਂਦਾ ਹੈ ਸਮਾਗ ਹਾਂਜੀ ਇਹਦੇ ਬੱਤੇ ਗੁਰੂ ਨਾਨਕ ਸਾਹਿਬ ਦਾ ਪ੍ਰਕਾਸ਼ ਉਸ ਨੂੰ ਮਨਾਉਣ ਤੇ ਮੇਨ ਮਹੱਤਵ ਆ ਕਿਉਂਕਿ ਅਸੀਂ ਪੜਾਉਨੇ ਆ ਤੇ ਪੜਾਉਣ ਦੇ ਵਿੱਚ ਜਦੋਂ ਬੱਚਿਆਂ ਨੂੰ 15 ਅਪ੍ਰੈਲ ਪੜਾਉਨੇ ਆ ਤੇ 15 ਪਲਾਂ ਮਨਾਉਨੇ ਨਹੀਂ ਫਿਰ ਉਹ ਦੁੱਖ ਲੱਗਦਾ ਸਾਰੇ ਇੱਕ ਨੂੰ ਬੱਚਿਆਂ ਨੂੰ ਵੀ ਕਿਉਂ ਨਹੀਂ ਉਹਨਾਂ ਨੇ ਮੇਰਾ ਜਨਤ ਅਸੀਂ ਉਹੀ ਡੇਟ ਮਨਾਉਣਾ ਜੋ ਸਾਨੂੰ ਦੱਸਿਆ ਗਿਆ ਬੱਚਿਆਂ ਨੂੰ ਦੱਸਿਆ ਜਾਂਦਾ ਵੀ ਕਿਉਂ ਹੋਇਆ ਸੋਲਰ ਸਿਸਟਮ ਅਸੀਂ ਕਿਉਂ ਅਪਣਾਇਆ ਅਸੀਂ ਕਿਉਂ ਨਹੀਂ ਅਸੀਂ ਚੰਦਰਮਾ ਦੇ ਲੰਡੇ ਜਿਹੜੇ ਉਹ ਕਹਿੰਦੇ ਨੇ ਵੀ ਪੂਰਨਮਾਸ਼ੀ ਨੂੰ ਹੋਇਆ ਸੀ ਜਾਂ ਫਲਾਣੇ ਤੋਂ ਲਿਓ ਵਜ੍ਹਾ ਸੀ ਗੁਰਬਾਣੀ ਵਿੱਚ ਤੇ 12 ਮਾ ਦਾ ਪਾਠ ਆ। ਤੁਸੀਂ ਸੰਗਰਾਮ ਵਿੱਚ ਉਹਨਾਂ ਨੇ ਹੋ। ਜੇ ਬਾ ਗੁਰਬਾਣੀ ਵਿੱਚ 12ਵਾਂ ਆ ਗਏ ਸੀਗੇ ਸਾਰੇ ਦਿਨ ਆ ਗਏ ਸੀਗੇ ਕੋਈ ਜ਼ਿਆਦਾ ਤੂੰ ਨਹੀਂ 500 ਸਾਲ 550 ਸਾਲ ਆ। ਫਿਰ ਚੰਦਰਮਾਦ ਵਾਲੇ ਸੀ ਕਿਉਂ ਹੋਇਆ? ਚੰਦਰਮਾ ਦਾ ਕੋਈ ਰੋਲ ਨਹੀਂ ਚੰਦਰਮਾ ਦਾ ਐਗਜ਼ੈਕਟ ਹੈ ਨਹੀਂ ਸਾਇੰਸ ਤੋਂ ਪੜਾ ਕੇ ਦੱਸਿਆ ਸੀ ਬੱਚਿਆਂ ਨੂੰ। ਯਾਨੀ ਕਿ ਸੂਰਜ ਦਾ ਜਿਹੜਾ ਸੋਲਰ ਸਿਸਟਮ ਦੁਨੀਆ ਵਿੱਚ ਅਪਣਾਇਆ ਗਿਆ ਜਿਹੜਾ ਕਿ ਹੁਣ ਆਸ ਟਾਈਮ ਕਾਮਯਾਬ ਆ। ਜੇ ਇਹਦੇ ਵਿੱਚ ਸੋਲ ਹੋ ਸਕਦੀ ਹੈ। ਚੰਦਰਮਾ ਦੇ ਵਿੱਚ ਕਿੰਨੀ ਸੋਲ ਹੋ ਸਕਦੀ ਹੈ? ਕਿੰਨੇ ਦਿਨ ਪਹੁੰਚਾਦੇ 29 ਦਿਨ 29 ਪੁਆਇੰਟ ਸਮਥਿੰਗ ਆ ਕਿ 29 30 ਦਿਨ ਹੈ ਪੂਰਨਮਾਸ਼ੀ ਕਦੋਂ ਆਉਂਦੀ ਹੈ ਉਹ ਪੁਰਾਣੇ ਜ਼ਮਾਨੇ ਠੀਕ ਸੀ ਹੈ 2000 ਸਾਲ ਪਹਿਲਾਂ ਜਦੋਂ ਕੋਈ ਲੋਕਾਂ ਨੂੰ ਨਹੀਂ ਪਤਾ ਸੀ ਉਹ ਚੰਦਰਮਾਲ ਸਾਹਿਬ ਨਾਲ ਚੱਲਦਾ ਸੀ ਹੁਣ ਤਾਂ ਆਪਾਂ ਐਡਵਾਂਸ ਆ ਹੁਣ ਤਾਂ ਸੈਕਿੰਡ ਵੀ ਆ ਗਏ ਅੱਗੋਂ ਸੈਕਿੰਡ ਦਾ ਵੀ 1000 ਹਿੱਸਾ ਆ ਗਿਆ ਬੱਚਿਆਂ ਨੂੰ ਉਹ ਕਿਹਨੂੰ ਦੱਸਿਆ ਜਾਵੇ ਜਿਹੜਾ ਆਪਾਂ ਟਾਈਮ ਕਰਦੇ ਆ ਜਾਂ ਮਹੀਨਾ ਕਰਦੇ ਆ ਫਿਰ ਉਸੇ ਤਾਰੀਖ ਤੇ ਕਿਉਂ ਨਹੀਂ ਸੀ ਮਨਾਉਨੇ ਕਿ ਸਾਇੰਟੀਫਿਕਲ ਜਿਹੜੇ ਪੁਰੇਵਾਲ ਸਾਹਿਬ ਉਹਨੇ ਕੱਢਤਾ 15 April 1469 ਨੂੰ ਪੂਰਨਮਾਸ਼ੀ ਸੀ ਉਹਨਾਂ ਪ੍ਰੂਫ ਕਰਤਾ ਤੁਸੀਂ ਵੀ ਗੂਗਲ ਤੇ ਸਰਚ ਕਰ ਲਓ ਗੂਗਲ ਤੇ ਹੁਣ ਸਭ ਕੁਝ ਅਵੇਲੇਬਲ ਹੈਗਾ ਫੇਰ ਤਾਂ ਆਪਾਂ ਆਪਣਾ ਦਿਨ ਉਹ ਮਨਾਈਏ ਨਾ ਜਿਹੜਾ ਹੈਗਾ ਤਾਂ ਅਸੀਂ ਜਾਣ ਕੇ ਇਸ ਤਣੂ ਪਿਛਲੇ 7 ਸਾਲ ਤੋਂ ਇਹੀ ਦਿਨ ਮਨਾਉਂਦੇ ਆ ਇਹ ਕੱਲਾ ਇਹੀ ਨਹੀਂ ਮਨਾਉਂਦੇ 16 ਜੂਨ ਵੀ ਮਨਾਇਆ ਜਾਂਦਾ ਗੁਰੂ ਅਰਜਨ ਸਾਹਿਬ ਜੀ ਦਾ ਸ਼ਹੀਦੀ ਗੁਰਪੁਰ ਪਹਿਲੀ ਸਤੰਬਰ ਮਨਾਇਆ ਜਾਂਦਾ ਗੁਰਗਰਦੀ ਦੇ ਦੋਸ ਤੇ 25 ਨਵੰਬਰ ਮਨਾਇਆ ਜਾਂਦਾ ਆਪਣਾ ਗੁਰੂ ਤੇਗ ਬਹਾਦਰ ਜੀ ਦਾ ਸ਼ਹੀਦੀ ਗੁਰਪੁਰ 5 ਜਨਵਰੀ ਈ ਮਨਾਉਂਦੇ ਆ ਗੁਰੂ ਗੋਬਿੰਦ ਸਿੰਘ ਦਾ ਪ੍ਰਕਾਸ਼ ਜੀ ਸਬ 프로ਗਰੈਸਿਵ ਸਿੱਖ ਅਕੈਡਮੀ ਦਾ ਮਕਸਦ ਬੱਚਿਆਂ ਨੂੰ ਗੁਰਮਤ ਗਿਆਨ ਤੇ ਜਿਹੜੀ ਸਕੂਲੀ ਸਿੱਖਿਆ ਹੈ ਉਸ ਦੇ ਸਹੀ ਮਾਇਨਿਆਂ ਦੇ ਰਾਹੀ ਸਿੱਖਿਆ ਦੇਣਾ ਅਸੀਂ ਬਲਵਿੰਦਰ ਸਿੰਘ ਬਸਰਾ ਜਿਹੜੇ ਕਿ ਇਸ ਅਕੈਡਮੀ ਦੇ ਪ੍ਰਿੰਸੀਪਲ ਨੇ ਉਹਨਾਂ ਦੇ ਨਾਲ ਗੱਲਬਾਤ ਕੀਤੀ ਹੈ ਤੇ ਹੁਣ ਉਹਨਾਂ ਦੀ ਧਰਮ ਪਤਨੀ ਬਲਵਿੰਦਰ ਕੌਰ ਬਸਰਾ ਸਾਡੇ ਨਾਲ ਨੇ ਉਹਨਾਂ ਦੇ ਨਾਲ ਗੱਲਬਾਤ ਕਰਾਂਗੇ ਮੈਡਮ ਵੈਕੁਰਜੀਤ ਕਾਲਸਾ ਸਾਹਿਬ ਵੈਕੁਰਜੀਤ ਜੀ ਦੇ પતિ ਜੀ ਬਹੁਤ ਬਹੁਤ ਸਵਾਗਤ ਹੈ ਸਤਲਿਸ਼ ਟੀਵੀ ਤੇ ਥੈਂਕ ਯੂ ਅਸੀਂ ਸਰ ਦੇ ਨਾਲ ਗੱਲ ਕੀਤੀ ਸੀ ਤੇ ਮੈਂ ਸਿਲੇਬਸ ਬਾਰੇ ਉਹਨਾਂ ਨੂੰ ਸਵਾਲ ਕੀਤਾ ਸੀਗਾ ਤੇ ਉਹ ਕਹਿੰਦੀ ਸੀ ਵੀ ਸਾਡਾ ਸਿਲੇਬਸ ਸਭ ਤੋਂ ਹਟਕੇ ਆ ਨਾ ਹੀ ਸੀਬੀਐਸਸੀ ਦਾ ਸਿਲੇਬਸ ਉਹਨਾਂ ਨੂੰ ਪਸੰਦ ਆਇਆ ਨਾ ਪੰਜਾਬ ਬੋਰਡ ਤਿਆਰ ਕਿਵੇਂ ਕਰਾਇਆ ਬੁక్స్ ਕਿੱਥੋਂ ਪਬਲਿਸ਼ ਕਰਾਈਆਂ ਕੀ ਕੀ ਸਿਲੇਬਸ ਦੇ ਵਿੱਚ ਐਡ ਕੀਤਾ ਅੱਛੀ ਅਸੀਂ ਦੇਖਿਆ ਵੀ ਬੱਚਿਆਂ ਵਾਸਤੇ ਕਿੱਥੇ ਕਿੱਥੇ ਜਾ ਕੇ ਸਰਚ ਕੀਤੀ ਕਿ ਬੱਚਿਆਂ ਵਾਸਤੇ ਕਿਹੜੀ ਕਿਹੜੀ ਚੀਜ਼ ਵਧੀਆ ਆ ਤੇ ਸਾਨੂੰ ਮੈਨ ਲੱਗਦਾ ਸੀ ਕਿ ਅਸੀਂ ਜੋ ਗੁਰੂ ਗ੍ਰੰਥ ਸਾਹਿਬ ਦੇ ਵਿੱਚ ਹੈ ਉਹਦੇ ਮੁਤਾਬਕ ਹੀ ਉਹਨਾਂ ਨੂੰ ਮੀਨਿੰਗ ਸਿੱਖਾਈਏ ਜਿਹੜੇ ਕਿ ਜਦੋਂ ਵੀ ਬਾਬੇ ਦੀ ਤਾਬਿਆ 'ਚ ਬੈਠੇ ਹੋਣ ਬੱਚੇ ਰਾਈਟ ਤੇ ਉਸ ਟਾਈਮ ਤੇ ਉਹਨਾਂ ਨੂੰ ਇਹ ਪਤਾ ਲੱਗੇ ਕਿ ਸੁਣਨ ਦੇ ਵਿੱਚ ਆਨੰਦ ਆਵੇ ਗੁਰਬਾਣੀ ਨੂੰ ਹਨ ਤੇ ਉਹਦੇ ਨਾਲ ਬੱਚਾ ਜਿਆਦਾ ਅੱਛੀ ਪੇ ਟੈਂਸ਼ਨ ਕਰ ਸਕਦਾ ਕਿ ਕੀ ਹੋ ਰਿਹਾ ਆਰਾਮ ਨਾਲ ਬੈਠ ਵੀ ਸਕਦਾ ਉਹਨੂੰ ਕੋਈ ਇੱਧਰ ਉੱਧਰ ਭੱਜਣ ਦੀ ਲੋੜ ਨਹੀਂ ਛੋਟੇ ਬੱਚੇ ਹੁੰਦੇ ਹਨ ਨਾ ਤੇ ਉਹਦੇ ਨਾਲ ਉਹਨਾਂ ਦੀ ਐਕਸਾਈਟਮੈਂਟ ਉਹਦੇ ਨਾਲ ਦੇ ਰਿਹਾ ਕਿ ਹਾਂ ਤੁਸੀਂ ਜਿੱਦਾਂ ਐਗਜ਼ਾਮਪਲ ਉੜਾਇਆ ਉੜਾ ਹੋ ਰਿਹਾ आत्मप्रकाश ਵੱਲੋਂ ਹਾਂਜੀ ਇਹ ਬੁੱਕਸ ਤਿਆਰ ਕੀਤੀਆਂ ਅਸੀਂ ਅਜੇ ਤੱਕ ਤੇ ਉਹ ਲਾਈ ਹੈ ਨਾ ਫਿਊਚਰ ਦੇ ਵਿੱਚ ਜੋ ਵੀ ਹੋਏਗਾ ਹੋਰ ਬੈਟਰ ਹੋ ਰਿਹਾ ਹੈ ਆਤਮ ਪ੍ਰਕਾਸ਼ ਕੋਈ ਸੰਸਥਾ ਹੈ ਜਾਂ ਕੋਈ ਪਬਲਿਕੇਸ਼ਨ ਪ੍ਰਕਾਸ਼ੜ ਕੋਲ ਇਹ ਬੁੱਕਸ ਹੈ ਆਤਮ ਪ੍ਰਕਾਸ਼ ਦੀਆਂ ਤੇ ਅਜੇ ਤੇ ਅਸੀਂ ਇਹ ਲਗਾਈਆਂ ਇਸ ਤੋਂ ਵੱਧ ਵੀ ਜੇ ਅਸੀਂ ਵੈਸੀ ਵੀ ਆਪਣੇ ਕੋਲੋਂ ਵੀ ਦੇ ਦੇਣੇ ਉਹਨਾਂ ਨੂੰ ਬਹੁਤ ਸਾਰੀ ਚੀਜ਼ ਹੈ ਨਾ ਦਰਸ਼ਕਾਂ ਨੂੰ ਇੱਕ ਵਾਰੀ ਦਿਖਾਉਣਾ ਚਾਹਾਂਗੇ ਵੀ ਕਿਸ ਤਰ੍ਹਾਂ ਜਿਹੜਾ ਤੁਸੀਂ ਜ਼ਿਕਰ ਕੀਤਾ ਉਹੜਾ ਉਹੜਾ ਫਿਰ ਅਸੀਂ ਉਹਨਾਂ ਨੂੰ ਦੱਸ ਜਾਈਆ ਹੋਰ ਹੈ ਉੜ ਦਾ ਮਤਲਬ ਦਾ ਹਿਰਦਾ ਜਿਹੜਾ ਕਿ ਗੁਰਬਾਣੀ ਦੇ ਵਿੱਚ ਹਾਰ ਟਾਈਮ ਤੇ ਆਉਂਦਾ ਔਰ ਹਾਰ ਆਪਣੇ ਗਲੇ ਦਾ ਹਾਰ ਬਣਾ ਕੇ ਐਦਾਂ ਮਤਲਬ ਉਹ ਐਗਜ਼ਾਮਪਲ ਦਿੱਤੀਆਂ ਊੜਾ ਆ ਊਂਠ ਹੈ ਜਾਂ ਊਂਦਰ ਹੈ ਉਜਾਗਰ ਹੈ ਐੜਾ ਆਸ ਜਿਹੜਾ ਸੋਈਏ ਜੜਿਆ ਉਹਨਾਂ ਦੇ ਵਿੱਚ ਆਉਂਦਾ ਹੈ ਨਾ ਤੇ ਅੱਗੇ ਤੁਸੀਂ ਜਾਓਗੇ ਤੇ ਅਸੀਂ ਹਾਹਾਪੁਰ ਹੋਲਾ ਮਹੱਲਾ ਜਿਹੜਾ ਸਾਡਾ ਟ੍ਰੈਡੀਸ਼ਨ ਹੈ ਸਾਡਾ ਟ੍ਰੈਡੀਸ਼ਨਲ ਤਿਉਹਾਰ ਹੈ ਸਿੱਖਾਂ ਦਾ ਫਿਰ ਆ ਬੜੀ ਅੱਛੀ ਤਰ੍ਹਾਂ ਬੱਚੇ ਹਾਂਸ ਫਿਰ ਹਾਂਸ ਦੇ ਨਾਲ ਵੀ ਮੈਂ ਦੱਸਦੀ ਵੀ ਹਾਂਸ ਕੀ ਖਾਣਾ ਹੈ ਉਹਦਾ ਤੇ ਬੰਗਲੇ ਬਗਲਾਮ ਦਾ ਉਹਦਾ ਕੀ ਖਾਣਾ ਹੈ ਰਾਈਟ ਹੀਰਾ ਕੀ ਚੀਜ਼ ਆ ਹਾ ਹਾ ਹੀਰਾ ਦਾ ਹੀਰਾ ਕਿਉਂ ਆ ਕੱਕਾ ਕਰ ਕੜਾ ਤੇ ਸਾਰੇ ਬੱਚਿਆਂ ਨੂੰ ਪਤਾ ਹੈ ਨਾ ਕੋਇਲਾ ਕੁੰਚਰ ਬਹੁਤ ਅਸੀਂ ਬਹੁਤ ਲੰਬੇ ਸਮੇਂ ਤੋਂ ਦੇਖ ਰਹਾ ਵੀ ਕੱਕਾ ਕੱਕਾ ਕਾਂ ਪਰ ਤੁਸੀਂ ਕੱਕੇ ਦੇ ਬਹੁਤ ਸਾਰੇ मीनिंग ਕੱਕੇ ਦੇ ਉੱਪਰ ਬਹੁਤ ਸਾਰੇ मीनिंग ਜੇ ਬਾਕੀ ਤੁਸੀਂ ਇਹ ਦੇਖੋ ਜਿਹੜਾ ਕਿ ਅੱਜ ਅਸੀਂ ਆਪਣਾ ਪ੍ਰਾਣੇ ਵਰਸੇ ਦਾ मीनिंग ਪੁੱਲ ਚੁੱਕੇ ਆ ਵੀ ਜਿਹੜਾ ਵੀ ਮੈਂ ਦੇਖਦੀ ਉਹਦੇ ਹੂੰ ਹਰ ਮੰਦਿਰ ਕਰਕੇ ਜਾਂ ਗੋਲਡਨ ਟੈਂਪਲ ਕਰਤੀ ਜਿਹੜਾ ਵੀ ਬੱਚਾ ਇਹ ਦੱਦਾ ਪੜ੍ਹੇਗਾ ਤਾਂ ਉਹਨੂੰ ਦਰਬਾਰ ਸਾਹਿਬ ਬਾਰੇ ਪਤਾ ਹੋਏਗਾ ਕਿ ਸਾਡਾ ਸਭ ਤੋਂ ਵੱਡਾ ਤੀਰਥ ਸਥਾਨ ਦਰਬਾਰ ਸਾਹਿਬ ਸ੍ਰੀ ਹਰਮੰਦਰ ਸਾਹਿਬ ਹਾਂਜੀ ਹਾਂਜੀ ਦੇਖੋ ਦੱਦਾ ਦਸਤਾਰ ਦੱਦਾ ਦਾਦਰ ਵੀ ਆਉਂਦਾ ਹੈ ਹਮ ਗੁਰਬਾਣੀ ਦੇ ਮੁਤਾਬਕ ਨਾ ਦਾਦਰ ਵੀ ਆਉਂਦਾ ਸਾਰਾ ਕੁਝ ਆਪਣੇ ਵਿਰਸੇ ਨਾਲ ਜੁੜੀਆਂ ਹੋਈਆਂ ਚੀਜ਼ਾਂ ਆ ਬਾਕੀ ਜਿਹੜੀ ਇੰਗਲਿਸ਼ ਹੈ ਉਹ ਮੇਰੀ ਬੇਟੀ ਆ ਸ਼ਾਇਦ ਸਰ ਨੇ ਦੱਸਿਓ ਹੋਵੇ ਹਨ ਦਿਖਾਉਂਗੇ ਤੁਸੀਂ ਇੰਗਲਿਸ਼ ਮਤਲਬ ਹਾਂਜੀ ਹਾਂਜੀ ਉਹਨਾਂ ਦਾ ਆਪਣਾ ਇੱਕ ਕਰਿਕੂਲਮ ਉਹ ਆਪਣੇ ਹਿਸਾਬ ਨਾਲ ਹੀ ਆਪਣਾ ਬਣਾ ਰਹੀ ਹੈ ਤੇ ਆਪਣੇ ਹੀ ਦਿੰਦੇ ਆ ਉੱਥੋਂ ਜੋ ਵੀ ਸਾਨੂੰ ਹਾਂਜੀ ਹਾਂਜੀ ਜੋ ਵੀ ਗਾਈਡ ਕਰਦੇ ਵੀ ਕਿਦਾਂ ਕਿਉਂਕਿ ਇੱਥੇ ਕੀ ਆ ਵੀ ਬੱਚੇ ਨੂੰ ਲਿਖਣ ਨੂੰ ਦੋ ਫਟਾਫਟ ਉਹਨੂੰ ਰੱਟਾ ਲਵਾਓ ਤੇ ਅਸੀਂ ਇੱਕ ਚੀਜ਼ ਜਿਹੜੀ ਚੁੱਕਣੀ ਯੂਸਲੀ ਉਹ ਪੂਰਾ ਵੀਕ ਇੱਕ ਵਰਤਿਲ ਆਉਂਦੀ ਆ ਰਾਈਟ ਬੇਟੀ ਜੜੀ ਆ ਤੇ ਉਹਦੇ ਨਾਲ ਬੱਚਾ ਫੇ ਕਦੀ ਨਹੀਂ ਭੁੱਲਦਾ ਉਹ ਰਸਤੇ 'ਚ ਵੀ ਜਾਊਗਾ ਤੁਹਾਨੂੰ ਦੱਸੂਗਾ ਗੇਮ ਖੇਡੂਗਾ ਉਹਦੇ ਨਾਲ ਨਾ ਆ ਜਿਸ ਤਰ੍ਹਾਂ ਆ ਬੱਚੇ ਸਾਰੇ ਨੂੰ ਪਤਾ ਉਹ ਕੀ ਜਿਹੜੀ ਕਲਾਸ ਦੀ ਪ੍ਰੀ ਸਕੂਲ ਪ੍ਰੀ ਸਕੂਲ ਦਾ ਕੰਮ ਸੀ ਅੱਗੇ ਅਸੀਂ ਆ ਰਹੇ ਬਣਾ ਰਹੇ ਉਹਨਾਂ ਦੇ ਫੋਲਡਰ ਇਹ ਜਿਹੜਾ ਫਿਰ ਉਹਨਾਂ ਦਾ ਕੇਜੀ ਦਾ ਵਰਕ ਹੋਏਗਾ ਜਿਹੜਾ ਅੱਗੇ ਲੱਗਦਾ ਜਾਏਗਾ ਆ ਪ੍ਰੀ ਸਕੂਲ ਦਾ ਨਾ ਪਤਾ ਓਸ਼ਨ ਸਾਰਾ ਵੀ ਓਸ਼ਨ ਸੀ ਜਿਹੜੇ ਜਿਹੜੇ ਹੁੰਦੇ ਆ ਆ ਤੁਸੀਂ ਦੇਖੋ ਕਿ ਕਿੰਨਾ ਬਿਊਟੀਫੁਲਲੀ ਆ ਉਹਨਾਂ ਨੇ ਸਾਰਾ ਕੰਮ ਆਪ ਕਰਦੇ ਆ। ਸੈਮੈਸਟਰ ਵਾਈਜ਼ ਕਰਾਉਨੇ ਹੋ ਜਾਂ ਐਨੂਅਲ ਮਤਲਬ ਰੱਖਿਆ ਹੋਇਆ ਤੁਸੀਂ ਸੈਮੈਸਟਰ ਆ। ਦੋ ਸੈਮੈਸਟਰ ਆ ਸਾਡੇ ਹਾਂ ਜੀ। ਹੁਣ ਵੈਸਟ ਰੇਂਜ ਤੇ ਫਰਸਟ ਸੈਮੈਸਟਰ ਚੱਲਦਾ ਸਾਡਾ। ਐਡ ਉਹਦੇ ਵਿੱਚ ਵੀ ਬਹੁਤ ਕੁਝ ਆ ਗਿਆ। ਸਾਈਡਵਾਰ ਤੁਸੀਂ ਦੇਖੇ ਹੋਗੇ ਉਹ ਸਾਰੇ ਆ ਗਏ ਆ ਬੱਚਿਆਂ ਨੇ ਕਿੱਦਾਂ ਕਿੱਦਾਂ ਕਿਹੜੀ ਕਿਹੜੀ ਚੀਜ਼ ਸਿੱਖਣੀ ਆ ਤੇ ਆ ਆਪਣੀ ਗੁਰਮੁਖੀ ਆ ਉਸ ਤੋਂ ਬਾਅਦ ਗੁਰਬਾਣੀ ਦਾ। ਤੇ ਗੁਰਬਾਣੀ ਦਾ ਜ਼ਿਆਦਾ ਹੀ ਮਜ਼ਾ ਲੈਂਦੇ ਆ। ਉਹਨਾਂ ਨੂੰ ਸਾਰਾ ਹੀ ਪਤਾ ਕਿ ਦਾਈ ਦੌਲਾਂ ਗੁਰਨਾਨਕ ਸਾਹਿਬ ਜੀ ਦੇ ਦਾਈ ਜੀ ਕੌਣ ਸੀਗਾ, ਮਾਤਾ ਜੀ ਦਾ ਨਾਮ ਫਿਰ ਉਹ ਆਪਣੇ ਕਿੱਥੇ ਕਿੱਥੇ ਗਏ ਆ ਉਹ ਤੇ ਆਪਣੀ ਜਿਹੜੀ ਆਰਤੀ ਆ ਉਹ ਕਿੱਥੇ ਕੀਤੀ ਸਾਰੀ ਨੌਲੇਜ ਐਕਦਾਮ ਕੁਝ ਕੀ ਕਹਿੰਦੇ ਹਾਂ ਜੀ ਕੁਕਲੀ ਐਕਦਾਮ ਉਹਨਾਂ ਦੇ ਆ ਜਾਂਦਾ ਆ ਤੇ ਕਈ ਵਾਰ ਸਾਨੂੰ ਵੀ ਕੁਐਸਚਨ ਕਰ ਦਿੰਦੇ ਆ ਪਰ ਸਾਡੇ ਬੱਚੇ ਫ੍ਰੈਂਡਲੀ ਅਸੀਂ ਮਾਰਕੁੱਟ ਨਹੀਂ ਕਰਦੇ ਜੇ ਸਾਨੂੰ ਵੀ ਸੌਰੀ ਮੰਗਣੀ ਪੈਂਦੀ ਆ ਨਾ ਅਸੀਂ ਵੀ ਉਹਨਾਂ ਤੋਂ ਕੰਨਾ ਫੜ ਕੇ ਸੌਰੀ ਮੰਗ ਕਦੀ ਆ ਕਈ ਵਾਰ ਅੜ ਜਾਂਦੇ ਨਾ ਮੈਮ ਤੁਸੀਂ ਵੀ ਅਗਲ ਤੇ ਕਿਤੇ ਤੁਸੀਂ ਸੌਰੀ ਨਹੀਂ ਕੀਤਾ ਗੁੱਸੇ ਹੋ ਕੇ ਬੈਠ ਜਾਂਦੇ ਫਿਰ ਸਾਨੂੰ ਸੌਰੀ ਕਰਨੀ ਪੈਂਦੀ ਆ ਬਿਲਕੁਲ ਨਹੀਂ ਆ ਜੋ ਮਰਜੀ ਕੁਐਸਚਨ ਕਰ ਸਕਦੇ ਆ ਜਿੱਦਾਂ ਮਰਜੀ ਕਰਨ ਤੇ ਪੂਰਾ ਉਹਨਾਂ ਦਾ ਧਿਆਨ ਰੱਖਿਆ ਜਾਂਦਾ ਬੱਚੇ ਨਾਲ ਤੇ ਬੱਚੇ ਘਰ ਚ ਵੀ ਲੜਦੇ ਆ ਵੀ ਅਸੀਂ ਸਕੂਲ ਜਾਣਾ ਸਕੂਲ ਜਾਣਾ ਸੈਸੀ ਛੁੱਟੀ ਨਹੀਂ ਲੈਣੀ ਸਕੂਲ ਜਾਣਾ ਹਣਾ ਜੇ ਸਰ ਨਾਲ ਗੱਲ ਕਰ ਰਹੀ ਸੀ ਤੇ ਸਰ ਕਹਿੰਦੇ ਸੀ ਕਿ ਪੇਰੈਂਟਸ ਨੂੰ ਕਨਵਿੰਸ ਕਰਨਾ ਸਭ ਤੋਂ ਔਖਾ ਕੰਮ ਆ ਜਿਹੜੇ ਬੱਚੇ ਤੁਹਾਡੇ ਕੋਲ ਆਉਂਦੇ ਨੇ ਫਿਰ ਉਹਨਾਂ ਦੇ ਪੇਰੈਂਟਸ ਦਾ ਰਿਸਪੌਂਸ ਕਿਦਾਂ ਦਾ ਹੁੰਦਾ ਉਹਨਾਂ ਦੇ ਪੇਰੈਂਟਸ ਆ ਇੱਕ ਬੱਚਾ ਹੈਗਾ ਜੇ ਸਾਡੇ ਕੋਲ ਜਿਹੜਾ ਇੰਨਾ ਅੱਛਾ ਨਹੀਂ ਆਂਦਾ ਯੂਜ਼ੂਲੀ ਸਾਰੇ ਅੱچھے ਆ ਪਰ ਜਦੋਂ ਉਹਦਾ ਰਿਜ਼ਲਟ ਦੇਖਦੇ ਆ ਫਿਰ ਤਾਂ ਜਾਦਾ ਹੀ ਕੁਝ ਹੋ ਜਾਂਦੀ ਆ ਪਰ ਉਹਨਾਂ ਨੂੰ ਮੁਸ਼ਕਲ ਆ ਰਹੀ ਆ ਕਿ ਅਸੀਂ ਸਰਵਿਸ ਨਹੀਂ ਦਿੰਦੇ ਬਸ ਸਰਵਿਸ ਨਹੀਂ ਦਿੰਦੇ ਉਹ ਚੀਜ਼ਾਂ ਨਾ ਅਦਰਵਾਈਜ਼ ਤਾਂ ਸਾਰੇ ਆਉਣ ਨੂੰ ਤਿਆਰ ਆ ਰਾਈਟ ਪਰ ਅਸੀਂ ਚਾਹੁੰਨੇ ਉਹ ਬੱਚੇ ਲੈਣੇ ਆ ਜਿਨ੍ਹਾਂ ਦੇ ਪੇਰੈਂਟਸ ਆਪਣੇ ਬੱਚਿਆਂ 'ਵਲ ਧਿਆਨ ਦੇ ਰਹੇ ਆ ਤੇ ਉਹਨਾਂ ਨੂੰ ਵੀ ਪਤਾ ਹੋਊਗਾ ਵੀ ਬੱਚੇ ਦੇ ਨਾਲ ਅਸੀਂ ਜਾਂਦਿਆਂ ਜਾਂਦਿਆਂ ਕਿੰਨੀਆਂ ਗੱਲਾਂ ਕਾਰ ਚ ਕਰਾਂਗੇ ਇੰਨਾ ਤੇ ਮਿਲਦਾ ਹੀ ਹੋਣਾ ਚਾਂਸ ਬੱਸ ਚ ਜਾਓਗੇ ਤੇ ਸ਼ਰਤ ਕਰੂਗੇ ਕੋਣੀ ਮਾਰੂ ਇੱਕ ਜਿਹਨਾਂ ਲੜਾਈ ਕਰੋਗੇ ਪੇਰੈਂਟਸ ਲੈਣੋਂਗੇ ਤੇ ਕਿੰਨੀ ਖੁਸ਼ੀ ਮਿਲਦੀ ਆ ਬੱਚੇ ਨੂੰ ਮੇਰੇ ਪੇਰੈਂਟਸ ਲੈਣ ਆਏ ਹੈ ਹਨਾ ਚੱਕਣ ਆਏ ਹੈ ਹਨਾ ਉਸ ਤੋਂ ਬਾਅਦ ਅੱਜ ਦਾ ਸ਼ਬਦ ਹੈ ਇਹ ਵੀ ਬੇਟੀ ਨੇ ਪਹਿਲਾਂ ਹੀ ਕਰਵਾਈ ਉਹਨਾਂ ਨੂੰ ਦੱਸਿਆ ਹੋਇਆ ਉੱਥੇ ਕਰਕੇ ਟਿਊਨਿੰਗ ਵੀ ਇਹਦੀ ਉੱਥੋਂ ਹੀ ਆਉਂਦੀ ਆ ਤੇ ਬੜਾ ਸੋਹਣਾ ਸ਼ਬਦ ਪੂਰਾ ਕੰਠਾ ਚਾਹੀਏ ਜਦੋਂ ਕੀਰਤਨ ਸਿਖਾਇਆ ਜਾਂਦਾ ਤਾਂ ਇਹ ਜਿਹੜੇ ਸ਼ਬਦ ਆ ਇਹ ਵਾਲਾ ਸ਼ਬਦ ਅੱਜ ਉਹਨਾਂ ਨੇ ਇਹਦੀ ਪ੍ਰੈਕਟਿਸ ਕੀਤੀ ਹੋਈ ਹੈ ਸਾਲ ਹੋ ਗਿਆ ਕਰਦੇ ਉਹਨੂੰ ਤੁਸੀਂ ਲੋਅ ਪ੍ਰੀਸਕੂਲ ਤੋਂ ਸ਼ੁਰੂ ਹੋਏ ਆ ਤੇ ਸਾਰਾ ਕਰਦੇ ਆ ਤੇ ਉਸ ਤੋਂ ਬਾਅਦ ਸਕੂਲ ਤੋਂ ਲੈ ਕੇ ਕਿਹੜੀ ਕਿਹੜੀ ਕਲਾਸਿਸ ਕਿੱਥੇ ਤੱਕ ਜਿਹੜੀ ਇਹ ਸੇਵਾ ਮਹੇਸ਼ੀ ਜੀ ਤੱਕ ਅੱਜੇ ਚੱਲੇ ਆ ਹਾਂਜੀ ਹਾਂਜੀ ਉਸ ਤੋਂ ਬਾਅਦ ਦੇਖਾਂਗੇ ਫਿਊਚਰ ਕਿੱਦਾਂ ਦਾ ਹੈ ਅਜਨੀ ਤੇ ਅਸੀਂ ਤਾਂ ਬੀਸ ਬਣਾਉਣ ਦਾ ਸਾਡਾ ਵਿਚਾਰ ਆ ਕਿ ਬੱਚੇ ਦਾ ਤੇ ਬੱਚਾ ਟੱਚ ਰਵੇ ਸਾਡੇ ਨਾਲ ਜੇ ਚਲਿਆ ਵੀ ਗਿਆ ਤਾਂ ਵੀ ਉਹਨੂੰ ਪਤਾ ਹੋਵੇ ਤੇ ਮੈਂ ਕੀ ਕਰਨਾ ਤੇ ਇਹ ਜਿਹੜਾ ਤੁਸੀਂ ਦੇਖੋ ਸਾਰਾ ਹੀ ਉਹਨਾਂ ਨੇ ਦੱਸ ਆ ਪਾਸੇ ਦਾ ਪੂਰੇ ਦਾ ਪੂਰਾ ਕਰ ਲਿਆ ਐਂਡ ਪੰਜ ਪਿਆਰੇ ਵੀ ਕੀਤੇ ਸਾਰਾ ਰਾਈਟ ਤੇ ਚਾਰ ਸਾਬ ਜੱਦੇ ਵੀ ਐ ਐਂ ਜੋ ਸਾਡੇ ਕੋਲ ਟੀਵੀ ਤੇ ਦੇਖਦੇ ਉਹ ਇਹੀ ਪ੍ਰੋਗਰਾਮ ਦੇਖਦੇ ਆ ਜਿਹੜਾ ਕਿ ਕਈ ਵਾ ਬੱਚਿਆਂ ਦਾ ਨਾ ਵੀ ਮੈਂ ਕਾਰਟੂਨਸ ਦੇਖਣੇ ਉਹ ਦੇਖਣੇ ਫਿਰ ਉਦਾਂ ਦਾ ਹੀ ਹੋ ਜਾਂਦਾ ਤੇ ਹੁਣ ਇਹਨਾਂ ਨੂੰ ਇਹੋ ਜੀਆਂ ਚੀਜ਼ਾਂ ਦੇਖਦੇ ਆ ਤੇ ਉਹ ਆਲਰੇਡੀ ਪਿਕਅਪ ਕਰਨ ਲੱਗ ਗਏ ਵੀ ਕਿੱਦਾਂ ਦੇਖ ਰਹੀਆਂ ਹਨ ਤੇ ਆ ਗੁਰੂ ਰਾਮ ਆ ਤੁਸੀਂ ਦੱਸੋਗੇ ਤੁਹਾਨੂੰ ਵੀ ਕੀ ਕੀਤਾ ਸੀ ਇਹਨਾਂ ਨੇ ਇਹਨਾਂ ਦੀ ਕੀ ਜਵਾਬ ਸੀ ਗੁਰੂ ਅੰਗਦ ਸਾਹਿਬ ਜੀ ਦਾ ਬੜਾ ਸੋਹਣਾ ਦੱਸ ਦਿੱਤੇ ਉਹਨਾਂ ਨੇ ਗੁਰਮੁਖੀ ਸ਼ੁਰੂ ਕੀਤੀ ਹੈ ਹਨਾ ਹੁਣ ਤੱਕ ਨਹੀਂ ਭੁੱਲੇ ਹੈਗੇ ਤੇ ਤੁਸੀਂ ਲਾਇਬ੍ਰੇਰੀ ਦਾ ਵੀ ਜ਼ਿਕਰ ਕਰ ਰਹੇ ਸੀ ਅਸੀਂ ਲਾਇਬ੍ਰੇਰੀ ਵੀ ਦੇਖਣਾ ਚਾਹਾਂਗੇ ਹਾਂਜੀ ਹਾਂਜੀ ਦੇਖੋ ਐਜ਼ ਆ ਬਿਲਕੁਲ ਛੋਟੇ ਬੱਚਿਆਂ ਵਾਸਤੇ ਲਾਇਬ੍ਰੇਰੀ ਥੋੜੀਆਂ ਬੁੱਕਸ ਹੈ ਸਟਾਰਟਿੰਗ ਅਸੀਂ ਇੱਥੋਂ ਕੀਤੀ ਸੀ ਰਾਈਟ ਤੇ ਆਪਣੇ ਆਪ ਚੁੱਕਣੀ ਹੈ ਉਹਨਾਂ ਨੇ ਜਿਹੜੀ ਮਰਜ਼ੀ ਲੈ ਲੈਣ ਉਹ ਰੋਜ਼ ਜਿਹੜੀ ਮੈਮ ਨਹੀਂ ਕਰਾਉਣੀ ਉਹ ਤਾਂ ਬੜੀ ਜਲਦੀ ਉਹਨਾਂ ਨੂੰ ਪਤਾ ਲੱਗ ਜਾਂਦਾ ਕਿਥੋਂ ਉਹਨਾਂ ਦੇ ਮੈਮ ਪ੍ਰਭਜੋ ਮੈਮ ਕਰਾਉਂਦੀਆਂ ਰਾਈਟ ਬਾਕੀ ਜਿਹੜਾ ਇੱਥੇ ਉਹ ਆਪਣਾ ਲੰਚ ਵੀ ਕਰ ਲੈਂਦੇ ਆ ਟੇਬਲ ਤੇ ਫਿਰ ਲੰਚ ਤੋਂ ਪਹਿਲਾਂ ਉਹਨਾਂ ਨੇ ਆਪਣਾ ਜੈ ਪ੍ਰਸਾਦ ਅੰਮ੍ਰਿਤ ਖਾਇਆ ਤੇ ਸ਼ਟਾਕਰ ਕੋ ਰੱਖ ਮੰਨਵਾਇਆ ਸਭ ਤੋਂ ਉਚਾਰਨ ਕਰਦੇ ਆ ਪਹਿਲਾਂ ਕਰਕੇ ਫਿਰ ਉਹਨਾਂ ਨੇ ਖਾਣਾ ਖਾਣਾ ਆਪਣੀ ਦੇਖ ਦੇ ਫਤਿਹ ਸਰ ਦਾ ਪੂਰਾ એનર્ਜੀ ਲਾ ਕੇ ਤੇ ਉਹ ਉਹਨਾਂ ਦੇ ਲਾਇਬ੍ਰੇਰੀ ਉੱਧਰ ਬਣਾਈ ਆ ਇੱਕ ਹੋਰ ਤਿਆਰ ਕੀਤੀ ਆ ਆ ਇਹੜੇ ਬੱਟੇ ਬੱਚੇ ਵਾਲੀ ਜਿੱਦਾ ਨਹੀਂ ਕਿਸੇ ਜਿੱਦਾ ਬੱਚਾ ਕੋਈ ਵਰਾਉਂਦਾ ਹੀ ਹਰ ਹੁੰਦਾ ਹੈ ਨਾ ਫਿਰ ਉਹ ਆ ਜਾਂਦੇ ਉਹਨੇ ਨਾ ਖੇਡੀਦਾ ਉਹਦੇ ਨਾਲ ਕਰੀਦਾ ਅਲੱਗ ਕਲਾਸ ਚ ਆ ਜਾਂਦਾ ਫਿਰ ਉਹ ਇੰਜੋਏ ਕਰਦਾ ਆਪਣਾ ਹੌਲੀ ਹੌਲੀ ਕਰਕੇ ਫਿਰ ਦੂਸਿਆਂ ਦੇ ਨਾਲ ਰਲ ਜਾਂਦਾ ਮਤਲਬ ਇੰਜੋਏ ਕਰਦੇ ਅਸੀਂ ਐ ਨਹੀਂ ਆ ਕਿ ਸਾਨੂੰ ਬੋ ਜਾ ਕੇ ਅਸੀਂ ਟੀਚਰਾਂ ਤੇ ਅਸੀਂ ਜਾਣਾ ਘਰ ਨੂੰ ਆ ਤੇ ਆਪਣੀ ਡਿਊਟੀ ਦਿੱਤੀ ਹੈ ਜੌਬ ਕੀਤੀ ਹੈ ਜੌਬ ਨਹੀਂ ਆ ਅਸੀਂ ਸਾਰਾ ਦਿਲ ਉਹਨਾਂ ਬੱਚਿਆਂ ਦੇ ਉੱਤੇ ਆ ਮੇਰੀ ਬੇਟੀ ਜਦੋਂ ਤੇ ਨਵੀਂ ਨੇ ਰਹਿ ਕੇ ਕਰਕੇ ਗਈ ਸੀ ਆ ਸਟਾਰਟਿੰਗ ਸਾਨੂੰ ਸਾਰਾ ਸਿਖਾ ਕੇ ਗਈ ਸੀ ਮੈਪ ਕਿੱਦਾ ਬਣਾਉਣਾ ਬੱਚਿਆਂ ਨੂੰ ਉਹਦੇ ਆਪਣੇ ਹੱਥ ਦਾ ਬਣਾਇਆ ਹੋਇਆ ਚੀਜ਼ ਜਿਹੜਾ ਬੱਚਿਆਂ ਦੇ ਨਾਲ ਕੰਮ ਕੀਤਾ ਹਮ ਰਾਈਟ ਆ ਫੂਡਸ ਐ ਐਂਡ ਸਪੈਸ਼ਲੀ ਹੌਲਿਡੇਜ਼ ਹਮ ਕੇਦੀ ਕੇਦੀ ਕਿੱਦਾਂ ਕਿੱਦਾਂ ਦੀ ਹੌਲਿਡੇਜ਼ ਐ ਜਿਹੜੀ ਕਿ ਇੱਥੇ ਨਹੀਂ ਇੰਨੀ ਸਮੇਂ ਲੱਗਦੀ ਰਾਈਟ ਕਿ ਕਿਹੜੀ ਕਿਹੜੀ ਪਤਾ ਹੋਣੀ ਚਾਹੀਦੀ ਐ ਤੁਸੀਂ ਮਨਾਓ ਜਿੱਦਾਂ ਮਰਜੀ ਹੈ ਨਾ ਤੁਹਾਨੂੰ ਇੰਨੀ ਨੌਲੇਜ ਹੋਣੀ ਚਾਹੀਦੀ ਆ ਸਾਰੀਆਂ ਬੇਟੀ ਨੇ ਕਰਾਈਆਂ ਲਿਵਿੰਗ ਥਿੰਗਸ ਨੌਨ ਲਿਵਿੰਗਸ ਰਾਈਟ ਕਮਿਊਨਿਟੀ ਜਿਹੜੀ ਤੁਹਾਡੀ ਕੀ ਹੁੰਦੀ ਹੈ ਬਹੁਤ ਵੱਡਾ ਉਪਰਾਲਾ ਹੈ ਕਿਉਂਕਿ ਵੱਡੇ ਸਕੂਲਾਂ ਚ ਅਸੀਂ ਜਿਹੜੇ ਬੱਚੇ ਪੜ੍ਹਦੇ ਹੋਏ ਦੇਖਦੇ ਆ ਨਾ ਉਹਨਾਂ ਨੂੰ ਕ੍ਰਿਸਮਸ ਦਾ ਪਤਾ ਹੈ ਪਰ ਹੋਲਾ ਮਹੱਲਾ ਦਾ ਨਹੀਂ ਪਤਾ ਇਹ ਇੱਕ ਬਹੁਤ ਵੱਡਾ ਉਪਰਾਲਾ ਹੈ ਕਿ ਸਿੱਖੀ ਦੇ ਨਾਲ ਬੱਚੇ ਜੁੜਦੇ ਨੇ ਇਹ ਸਾਰੇ ਬੱਚਿਆਂ ਨੂੰ ਪਤਾ ਹੈ ਫਿਰ ਨਾਗਰ ਕੀਰਤਨ ਦਾ ਕੀ ਮਹੱਤਵ ਹੈਗਾ ਵੀ ਕਿਉਂ ਕਰਨ ਦੀ ਲੋੜ ਹੈ ਐ ਕਿਹੜੀ ਜਗ੍ਹਾ ਕਰਨ ਦੀ ਲੋੜ ਹੈ ਜਦ ਅਸੀਂ ਬਾਹਰ ਇੰਨੇ ਆ ਸਾਨੂੰ ਨਹੀਂ ਪਤਾ ਹੁੰਦਾ ਨਾ ਸਾਨੂੰ ਕਰਨ ਦੀ ਲੋੜ ਹੈ ਜੇ ਉਹਦੀ ਜਗ੍ਹਾ ਤੇ ਅਸੀਂ ਕੁਝ ਹੋਰ ਇੱਥੇ ਕਰ ਸਕਦੇ ਆ ਤੇ ਬੈਟਰ ਹੈ ਤੋ ਜਿਹੜਾ 15 April ਦਾ ਆਪਾਂ ਮਨਾਉ ਰਹੇ ਆਲਰਾਇਟ ਉਹਦੇ ਵਿੱਚ ਵੀ ਬੱਚਾ ਨੂੰ ਪਤਾ ਹੋਣਾ ਚਾਹੀਦਾ ਸੀ ਐਸਐਚ ਕੀ ਪੜ੍ਹਦੇ ਆ ਰਾਈਟ ਕਾਤੇ ਮਨਾਉਣਾ ਕਿਉਂ ਕਰਨਾ ਇਹ ਸਾਰੀਆਂ ਚੀਜ਼ਾਂ ਦੱਸੀਆਂ ਜਾਂਦੀਆਂ ਪ੍ਰੋਗਰੈਸਿਵ ਸਿਕ ਫਾਊਂਡੇਸ਼ਨ ਅਕੈਡਮੀ ਦੇ ਤੇ ਜਿੰਦਰ ਸਿੰਘ ਜਿਹੜੇ ਕੀ ਗੁਰਮਤਿ ਸੇਵਾਵਾਂ ਦਿੰਦੇ ਨੇ ਇੱਥੇ ਗੁਰਮਤਿ ਸਿਖਲਾਈ ਦਿੰਦੇ ਨੇ ਕੀਰਤਨ ਸਿਖਾਉਂਦੇ ਨੇ ਉਹਨਾਂ ਦੇ ਫਾਦਰ ਸਾਹਿਬ ਬਾਬੂ ਸਿੰਘ ਜਿਹੜੇ ਕੀ ਇੱਥੇ ਗੁਰਦੁਆਰਾ ਸਾਹਿਬ ਦੇ ਗ੍ਰੰਥੀ ਵੀ ਨੇ 7 ਸਾਲਾਂ ਤੋਂ ਸੇਵਾਵਾਂ ਨਿਭਾ ਰਹੇ ਨੇ ਇਹਨਾਂ ਦੇ ਨਾਲ ਗੱਲਬਾਤ ਕਰਾਂਗੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 7 ਸਾਲਾਂ ਤੋਂ ਇੱਥੇ ਸੇਵਾਵਾਂ ਨਿਭਾ ਰਹੇ ਹੋ ਕਿਵੇਂ ਦਾ ਐਕਸਪੀਰੀਅੰਸ ਹੈ ਨਹੀਂ ਬਹੁਤ ਵਧੀਆ ਜੀ ਹੋਰੇ ਚੱਲੇ ਆ ਤਕਰੀਬਨ 2015 ਤੋਂ ਅਸੀਂ ਇਹਨਾਂ ਦੇ ਨਾਲ ਜੁੜੇ ਆ ਤੇ ਇਹਨਾਂ ਦੇ ਨਾਲ ਜੁੜ ਕੇ ਫਿਰ ਸਾਨੂੰ ਪਤਾ ਲੱਗਿਆ ਪਹਿਲੇ ਇੱਥੇ ਕੈਂਪ ਲਗਾਇਆ ਸੀਗਾ। ਹੂੰ। ਪਹਿਲੇ ਕੈਂਪ ਦੇ ਵਿੱਚ ਬਹੁਤ ਸਾਰੇ ਬੱਚੇ ਤਕਰੀਬਨ ਇਸ ਕੈਂਪ ਦੇ ਵਿੱਚ ਉਹਨਾਂ ਨੇ ਭਾਗ ਲਿਆ। ਹੂੰ। ਤੇ ਉਸ ਤੋਂ ਬਾਅਦ ਜਿਹੜੀ ਹੁਣ ਅਸੀਂ ਅੱਜ ਦਾ ਸਮਾਗਮ ਮਨਾ ਰਹੇ ਹਾਂ 15 April ਹਾਂਜੀ। ਕਿਉਂਕਿ ਪਹਿਲਾਂ ਅਸੀਂ ਵੀ ਜੁੱਦਾਂ ਵੀ ਪਬਲਿਕ ਮਨਾ ਰਹੇ ਉਹਦਾ ਮਨਾ ਰਹੇ ਸੀਗੇ। ਹੂੰ। ਇਹਨਾਂ ਤੋਂ ਪਤਾ ਲੱਗਿਆ ਪੜਿਆ ਤਾਂ ਹੈ ਸੀਗਾ ਪਰ ਉੱਥੇ ਤੱਕ ਐਕਸਪੀਰੀਅੰਸ ਤਾਂ ਹੈ। ਇਹ 15 April ਜਿਹੜਾ ਹੈਗਾ 15/1469 ਨੂੰ ਹੀ ਗੁਣਸ਼ਵ ਦਾ ਪ੍ਰਕਾਸ਼ ਜਿਹੜਾ ਹੋਇਆ। ਅੱਜ ਉਹ ਸਮਾਗਮ ਸਹੀ ਮਨਾ ਰਹੇ ਆ ਤੇ ਨਾਲ ਹੀ ਇਹਨਾਂ ਦੀ ਇੰਨੀ ਕਿ ਸੇਵਾ ਹੈ ਗੁਰਮੁਤਤ ਦੇ ਕਿ ਸਮਾਜਿਕ ਸੇਵਾ ਵੀ ਕਰਦੇ ਇਥੇ ਗੁਰਮੰਦੀ ਸੇਵਾ ਕਰਦੇ ਆ ਉਥੇ ਨਾਲ-ਨਾਲ ਸਮਾਜਿਕ ਸੇਵਾ ਵੀ ਕਰ ਰਹੇ ਨੇ ਬਹੁਤ ਸਾਰੇ ਬੱਚੇ ਇਹਨਾਂ ਕੋਲ ਜਿਹੜੇ ਜਿਨ੍ਹਾਂ ਦੀਆਂ ਫੀਸਾਂ ਵੀ ਇਹ ਆਪ ਭਰਦੇ ਨੇ ਸੰਸਥਾ ਵੱਲੋਂ ਤੇ ਨਾਲ ਹੀ ਬੱਚੇ ਨੂੰ ਪੜ੍ਹਾਈ ਕਰਾਉਂਦੇ ਨੇ ਮੇਰਾ ਬੇਟਾ ਵੀ ਜਿਹੜਾ ਵੱਡਾ ਸੁਤਿੰਦਰ ਸਿੰਘ ਹੈ ਉਹਨਾਂ ਨੂੰ ਵੀ ਇਹਨਾਂ ਨੇ ਪੜਾਇਆ ਮਤਲਬ ਐਮਏ ਡਿਗਰੀ ਕੀਤੀ ਉਹਨਾਂ ਨੇ ਮਾਸਟਰ ਤੇ ਉਸ ਤੋਂ ਬਾਅਦ ਜਿਹੜਾ ਸੁਤਿੰਦਰ ਸਿੰਘ ਹੈ ਉਹਨਾਂ ਨੇ ਵੀ ਸਾਰੇ ਪੜਾਈ ਦਾ ਖਰਚਾ ਇਹਨਾਂ ਨੇ ਚੱਕਿਆ ਸਾਡਾ ਤੇ ਮੇਰਾ ਵੀ ਨਾਲ ਸਾਰੇ ਪਰਿਵਾਰ ਦਾ ਖਰਚਾ ਇਹਨਾਂ ਆਪਣਾ ਚੱਕਦੇ ਸੀਗੇ ਤੇ ਹੁਣ 2 ਸਾਲ ਤੋਂ ਬੱਚੇ ਦਾ ਐਕਸੀਡੈਂਟ ਹੋ ਗਿਆ ਉਹਦੇ ਨਾਲ ਵੀ ਇਹਨਾਂ ਨੇ ਸਾਡੀ ਬਹੁਤ ਜ਼ਿਆਦਾ ਮਦਦ ਕੀਤੀ ਤੇ ਹੁਣ ਵੀ ਜਿਹੜਾ ਹੋਮ ਕੇਅਰ ਰੱਖਿਆ ਹੋਇਆ ਵਜੇ ਸੀ ਮਤਲਬ ਮਨੁੱਖਤਾ ਦੀ ਸੇਵਾ ਵੀ ਇਹ ਨਾਲ-ਨਾਲ ਕਰਦੇ ਸੇਵਾ ਵੀ ਨਾਲ ਦੀ ਨਾਲ ਚੱਲ ਰਹੀ ਹੈ ਜੀ ਕਿੱਥੇ ਦੇ ਰਹਿਣ ਵਾਲੇ ਹੋ ਤੁਸੀਂ ਬੇਸਿਕਲੀ ਸ਼ਹਿਰ ਮਰੀਂਦਾ ਜੀ ਮਰੀਂਦਾ ਦੇ ਰਹਿਣ ਵਾਲੇ ਤੇ ਹੁਣ ਇੱਥੇ ਹੀ ਰਹਨੇ ਹੋ ਹਾਂਜੀ ਹੁਣ ਇੱਥੇ ਹੀ ਰਹਨੇ ਹਾਂ ਤੁਸੀਂ ਵੀ ਜਿਹੜੇ ਇੱਥੇ ਗੁਰਮਤਿ ਕਲਾਸਿਸ ਹੁੰਦੀਆਂ ਨੇ ਉਹਦੇ ਵਿੱਚ ਸੇਵਾਵਾਂ ਨਿਭਾਉਂਦੇ ਹੋ? ਹਾਂਜੀ ਹਾਂਜੀ। ਕੀ ਕੀ ਬੱਚਿਆਂ ਨੂੰ ਪੜ੍ਹਾਉਂਦੇ ਹੋ? ਬੱਚਿਆਂ ਨੂੰ ਗੁਰਬਾਣੀ ਬਾਰੇ ਵੀ ਦੱਸੀਦਾ, ਇਤਿਹਾਸ ਬਾਰੇ ਦੱਸੀਦਾ ਤੇ ਜਿੰਨਾ ਕੁ ਮਾੜਾ-ਮੋਟਾ ਸੰਗਤ ਵੀ ਰਿਹਾ ਹੈਗਾ ਕੀਰਤਨ ਦਾ ਉਹ ਵੀ ਬੱਚਿਆਂ ਨੂੰ ਦੱਸੀਦਾ ਜੀ। ਹੂੰ। ਤੇ ਆਪਣੇ ਬੇਟੇ ਤਜਿੰਦਰ ਸਿੰਘ ਨਾਲ ਮਿਲ ਕੇ ਕਰਦੇ ਹੋ ਜਾਂ ਤੁਸੀਂ ਅਲੱਗ ਕਲਾਸ ਲਾਉਂਦੇ ਹੋ, ਅਲੱਗ ਲਾਉਂਦੇ ਹੋ? ਨਹੀਂ ਉਹ ਅਲੱਗ ਲਾਉਂਦੇ ਮੈਂ ਅਲੱਗ ਲਾਉਂਦਾ ਜੀ। ਹੂੰ। ਉਹ ਹਰ ਰੋਜ਼ ਵੀ ਲਾਉਂਦੇ ਆ ਟੀਚਰ ਦੀ ਕਲਾਸ ਇੱਥੇ। ਠੀਕ ਹੈ। ਠੀਕ ਹੈ ਜੀ। ਤੇ ਸਾਡਾ ਜਿਹੜਾ ਹੁੰਦਾ ਕੈਂਪ ਤਾਂ ਹੀ ਹੁੰਦਾ ਹੈ ਤੁਹਾਡਾ ਠੀਕ ਹੈ ਔਰ ਜਿਹੜਾ ਸੰਡੇ ਨੂੰ ਗੁਰਮਤ ਕੈਂਪ ਲਗਾਇਆ ਜਾਂਦਾ ਉਹਦੇ ਵਿੱਚ ਕਿਸ-ਕਿਸ ਤਰ੍ਹਾਂ ਦੀ ਸਿੱਖਲਾਈ ਬੱਚਿਆਂ ਨੂੰ ਦਿੱਤੀ ਜਾਂਦੀ ਹੈ ਉਹਦੇ ਵਿੱਚ ਗੁਰੂ ਦਾ ਇਤਿਹਾਸ ਦੱਸਿਆ ਜਾਂਦਾ ਜੀ ਹੂੰ ਤੇ ਗੁਰਬਾਣੀ ਬਾਰੇ ਵੀ ਦੱਸਿਆ ਜਾਂਦਾ ਹੈ ਕੀਰਤਨ ਹਰਮੋਨੀਅਮ ਤਪਲਾ ਤੇ ਨਾਲ ਗੱਤਕੇ ਦੀ ਸਿੱਖਾਈ ਦਿੱਤੀ ਜਾਂਦੀ ਹੈ ਤੇ ਉਹਦੇ ਵਿੱਚ ਮੇਰੀ ਮਿਸ ਵੀ ਸਾਡਾ ਸਾਡਾ ਪਰਿਵਾਰੀ ਮਤਲਬ ਇਹਨੂੰ ਗੁਰਮਤ ਵੱਲ ਸਮਰਪਿਤ ਸਮਰਪਤਾ ਹੈ ਹੂੰ ਕਿੰਨੇ ਕੁ ਬੱਚੇ ਆਉਂਦੇ ਨੇ ਹਰ ਆਏ ਸੰਡੇ ਕੈਂਪ ਦੇ ਵਿੱਚ ਹਾਂ ਜੀ ਸੰਡੇ ਕਈ ਵਾਰ ਤਾਂ 35 40 ਵੀ ਹੋ ਜਾਂਦੇ ਨੇ 50 ਵੀ ਹੋ ਜਾਂਦੇ ਨੇ ਵੱਧ ਵੀ ਹੋ ਜਾਂਦੇ ਨੇ ਬੱਚੇ ਤੇ ਉਹ ਬੱਚਾ ਵੀ ਡਿਪੈਂਡ ਹੁੰਦਾ ਕਿ ਮਰ ਘਟ ਵੀ ਜਾਂਦੇ ਆ ਤੇ ਵੱਧ ਵੀ ਹੋ ਜਾਂਦੇ ਕਿੱਥੋਂ ਕਿੱਥੋਂ ਆਉਂਦੇ ਨੇ ਬੱਚੇ ਬੱਚੇ ਕਈ ਨੌਰਪਿੰਡ ਲਾ ਕੇ ਪੈਂਦਾ ਏ ਛੋਟਾ ਸੁਮਣਾ ਹੋ ਗਈ ਮਰੰਡੇ ਤੋਂ ਹੋ ਗਈ ਰਤਨਗਲ ਕਲੇਹੜੀ ਤੋਂ ਹੋ ਗਈ ਤੇ ਦਸ ਹਰਾਨੇ ਤੋਂ ਹੋ ਗਈ मतलब ਲਗ ਲਗ ਵੱਖ ਵੱਖ ਪਿੰਡਾਂ ਤੇ ਆਉਂਦੇ ਨੇ ਬੱਚੇ ਜਿਸ ਤਰ੍ਹਾਂ ਅਸੀਂ ਸੈਰ ਨਾਲ ਆਫ ਦੀ ਰਿਕਾਰਡ ਗੱਲ ਕਰ ਰਹੇ ਸੀ ਕਿ ਤੇ ਸਦਾ ਸਾਨੂੰ ਦੱਸ ਰਹੇ ਸੀ ਵੀ ਬੱਚਿਆਂ ਨੂੰ ਲਿਆਉਣ ਦਾ ਖਰਚਾ ਵੀ ਪ੍ਰੋਗਰੈਸਿਵ ਸਿੱਖ ਫਾਊਂਡੇਸ਼ਨ ਦੇ ਵੱਲੋਂ ਹੀ ਕੀਤਾ ਜਾਂਦਾ ਹੈ ਖੁਦ ਟਰਾਂਸਪੋਰਟੇਸ਼ਨ ਮੁਹੱਈਆ ਕਰਾ ਕੇ ਬੱਚਿਆਂ ਨੂੰ ਲਿਆਂਦਾ ਜਾਂਦਾ ਹਾਂਜੀ ਹਾਂਜੀ ਉਹ ਸਾਰਾ ਖਰਚਾ ਇਹਨਾਂ ਦਾ ਹੀ ਹੁੰਦਾ ਹੈ। ਅਸੀਂ ਗੱਡੀਆਂ ਆਦ ਵਿੱਚ ਲੈ ਕੇ ਆਉਨੇ ਬੱਚਿਆਂ ਨੂੰ ਤੇ ਛੱਡ ਕੇ ਵੀ ਆਉਨੇ ਆ। ਫਿਰ ਇੱਥੇ ਬਾਅਦ ਵਿੱਚ ਉਹ ਲੰਗਰ ਦਾ ਵੀ ਚੱਲਦਾ ਹੈ। ਹੂੰ। ਸੰਡੇ ਨੂੰ ਹਰ ਕੈਂਪ ਦੇ ਵਿੱਚ ਇਹਨਾਂ ਵੱਲੋਂ ਹੀ ਲੰਗਰ ਲਾਜਾਂਦਾ, ਬੱਚਿਆਂ ਨੂੰ ਸ਼ਿਕਾਇਆ ਜਾਂਦਾ ਜੋ ਵੀ ਹੋਣਾ। ਹੂੰ। ਜਿਹੜਾ ਇਹ ਗੁਰਮਤ ਸਮਾਗਮ ਕਰਵਾਇਆ ਜਾ ਰਿਹਾ ਹੈ, ਸਾਲਾਨਾ ਹੁੰਦਾ ਹੈ ਜਾਂ ਮਹੀਨੇ ਬਾਅਦ ਕਰਾਇਆ ਜਾਂਦਾ? ਇਹ ਸਾਲਾਨਾ ਹੁੰਦਾ ਹੈ ਜੀ। ਹਰ ਸਾਲ 15 ਅਪ੍ਰੈਲ 15 ਅਪ੍ਰੈਲ ਹਰ ਸਾਲ ਮਨਾਇਆ ਜਾਂਦਾ ਜੀ। ਓਮ ਪਾਰ ਰਮ ਬੇਅੰਤ ਬੇਅੰਤ ਜੀ ਤੇਰੇ ਗਿਆ ਗੁਣ ਆਪ ਬਖਾਣ ਪਰੋਗਰੈਸਿਵ ਸਿੱਖਿਆ ਅਕੈਡਮੀ ਦੇ ਬਾਰੇ ਅਸੀਂ ਤੁਹਾਨੂੰ ਜਾਣਕਾਰੀ ਦਿੱਤੀ। ਇਹ ਅਕੈਡਮੀ ਕਿਸ ਤਰੀਕੇ ਦੇ ਨਾਲ ਗੁਰਮਤਿ ਸਿੱਖਿਆ ਤੇ ਰਾਹੀਂ ਸਮਾਜੀ ਸਕੂਲੀ ਸਿੱਖਿਆ ਦੇ ਰਹੀ ਹੈ। ਸੋ ਅਸੀਂ ਸਾਰੇ ਲੋਕ ਆਪਣੇ ਬੱਚਿਆਂ ਨੂੰ ਪੜ੍ਹਾਉਂਦੇ ਆ ਤੇ ਇਹ ਵੀ ਚਾਹੁੰਦੇ ਆ ਕਿ ਜਿਹੜੇ ਸਾਡੇ ਬੱਚੇ ਨੇ ਉਹ ਵਧੀਆ ਤੋਂ ਵਧੀਆ ਟੌਪ ਦੇ ਸਕੂਲ ਦੇ ਵਿੱਚ ਪੜਨ ਪਰ ਬਸਰਾ ਪਰਿਵਾਰ ਦੇ ਵੱਲੋਂ ਇੱਕ ਛੋਟੀ ਜਹੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਬੱਚਿਆਂ ਨੂੰ ਪੜ੍ਹਾਉਂਦੀ ਤੇ ਗੁਰਬਾਣੀ ਦੇ ਜਿਹੜੇ ਰੂਲ ਨੇ, ਨਿਯਮ ਨੇ ਉਹ ਸਿੱਖਿਆ ਦੇ ਰਾਹੀਂ ਸਮਝਾਉਂਦੀ ਸੋ ਵੇਖਿਆ ਕਿ ਕਿਸ ਤਰੀਕੇ ਦੇ ਨਾਲ ਪਰਿਵਾਰ ਜਿਹੜਾ ਹੈ ਉਹ ਸਿੱਖਿਆ ਤੇ ਗੁਰਮਤ ਨੂੰ ਸਮਰਪਿਤ ਹੈ ਕੈਮਰਾਮੈਨ ਸਿਮਰਨਜੀਤ ਸਿੰਘ ਦੇ ਨਾਲ ਕਮਲਜੀਤ ਕੌਰ ਸਤਲੁਸ਼ ਟੀਵੀ